ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਅਤੇ ਜੀ ਆਈ ਨੂੰ ਕਹਿਣਾ ਜੀ ਤੁਹਾਡੇ ਆਪਣੇ ਸ਼ੋਅ PTC ਸ਼ੋਕੇਸ ਦੇ ਵਿੱਚ। ਅਤੇ ਅੱਜ ਤੁਸੀਂ ਵੇਖ ਰਹੇ ਹੋਣੇ ਜੀ ਕਿ ਮੈਂ ਵੱਖਰੇ ਅੰਦਾਜ਼ ਵਿੱਚ ਇੱਥੇ ਬੈਠਾ ਹੋਇਆ, ਖੁੱਲ੍ਹੀਆਂ ਫਿਜ਼ਾਵਾਂ ਵਿੱਚ ਪਿੰਡ ਦੇ ਨਜ਼ਾਰੇ ਲੁੱਟ ਰਿਹਾ। ਮੈਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀਗਾ ਕਿ ਬਹੁਤ ਸਾਰੇ ਸਰਪ੍ਰਾਈਜ਼ ਨਾਲ ਐਤਕੀ ਮੈਂ ਤੁਹਾਨੂੰ PTC ਸ਼ੋਕੇਸ ਵਿੱਚ ਮਿਲਾਵਾਂਗਾ, ਤਾਂ ਤਿਆਰ ਹੋ ਜਾਓ ਜੀ ਸਰਪ੍ਰਾਈਜ਼ ਨਾਲ ਮਿਲਣ ਦੇ ਲਈ। ਅਤੇ ਅੱਜ ਦਾ ਇਹ ਸ਼ੋਅ ਮੇਰੇ ਲਈ ਵੀ ਬਹੁਤ ਖਾਸ ਹੈ ਕਿਉਂਕਿ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਗੇਲੋ 5 ਅਗਸਤ ਨੂੰ, ਅਤੇ ਸਰਪ੍ਰਾਈਜ਼ ਮੇਰੇ ਇੱਧਰਲੇ ਪਾਸੇ ਬੈਠੇ ਹੋਏ ਨੇ। ਅਤੇ ਸ਼ੁਰੂਆਤ ਕਰਦੇ ਹਾਂ ਜੀ ਕੈਪਟਨ ਆਫ ਦਾ ਸ਼ਿਪ ਸਾਡੇ ਡਾਇਰੈਕਟਰ ਸਾਹਿਬ ਮਨਪਾਵਨ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਵਨ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਬਹੁਤ ਖਾਸ ਪਰਸਨੈਲਿਟੀ ਜਿਨ੍ਹਾਂ ਨੂੰ ਤੁਸੀਂ ਵੈਸੇ ਮਿਲ ਚੁੱਕੇ ਹੋ, ਪਰ ਅੱਜ ਮੇਰੇ ਸ਼ੋਅ ਦੇ ਵਿੱਚ ਮੇਰੇ ਨਾਲ ਵੀ ਨੇ। ਬਾਕੀ ਬਹੁਤ ਵਧੀਆ ਲੱਗ ਰਿਹਾ ਅੱਜ ਇੱਕ ਸਾਡੇ ਪਿੰਡ ਦੇ ਵਿੱਚ ਤੁਸੀਂ ਸਾਰੇ ਜਣੇ ਆਏ ਆ, ਸਾਰੀ ਫਿਲਮ ਆਪਣੀ ਆਈ ਗੇਲੋ ਸਾਡੀ ਨਾਲ ਦੀ ਨਾਲ। ਹੁਣ ਮੈਂ ਫਿਲਹਾਲ ਸਟਾਰਟਿੰਗ ਐਜ਼ ਅ ਐਂਕਰ ਕਰਾਂਗਾ, ਫਿਰ ਹੌਲੀ ਹੌਲੀ ਥੋੜੀ ਜਿਹੀ ਫੀਲਿੰਗ ਲਵਾਂਗੇ ਆਪਾਂ, ਤੇ ਫਿਰ ਕਹਾਂਗੇ ਤੁਸੀਂ ਪੁੱਛੋ। ਬਿਲਕੁਲ ਜੀ, ਕਿਉਂਕਿ ਐਕਟਰ ਦੱਸਣਾ ਚਾਹਾਂਗੇ, ਗੁਰਜੀਤ ਸਿੰਘ ਐਕਟਰ ਆ ਰਹੇ ਨੇ, ਪਰ ਸਰ ਵਾਲੀ ਗੱਲ ਯਾਦ ਆ ਗਈ, ਕੁਰਸੀ ਫੇਰ ਵੀ ਨਹੀਂ ਛੱਡੀ। ਕੁਰਸੀ ਨਹੀਂ ਛੱਡੀ, ਔਰ ਉਹਨੇ ਹੈ ਕਿ ਭੱਜ ਕੇ ਇੱਥੇ ਵੀ ਬੈਠੇਗਾ ਫਿਰ ਉੱਥੇ ਬੈਠੇਗਾ, ਦੋਨੋਂ ਫੜੇ। ਇਹਦੇ ਵਿੱਚ ਸਰ ਸਭ ਤੋਂ ਵੱਡੀ ਗੱਲ, ਪਹਿਲਾਂ ਤਾਂ PTC ਪੰਜਾਬੀ, ਸਭ ਤੋਂ ਪਹਿਲੀ ਗੱਲ PTC ਪੰਜਾਬੀ ਦੀ, ਜਿਨ੍ਹਾਂ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਮਿਲਿਆ ਕਿ ਨਹੀਂ, ਅਤੇ ਫਿਲਮ ਦੇ ਵਿੱਚ ਸਬੱਬ ਬਣਿਆ। ਤਾਂ ਪਵਨ ਸਰ, ਸੀਨੀਓਰਿਟੀ ਵਾਈਜ਼ ਆਪਾਂ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਜੀ ਕਿ ਨਹੀਂ, ਸੋ ਫਿਲਮ ਗੇਲੋ ਸਭ ਤੋਂ ਪਹਿਲਾਂ ਦੱਸੋ ਜੀ ਕਿ ਕਿੰਨੀ ਕੁ ਕਰੀਬ ਆ ਤੁਹਾਡੇ ਦਿਲ ਦੀ? ਮੈਨੂੰ ਇਹਨਾਂ ਨੇ ਫੋਨ 'ਤੇ ਸਕ੍ਰਿਪਟ ਸੁਣਾਈ ਡਾਇਰੈਕਟਰ ਸਾਹਿਬ, ਔਰ ਮੈਂ ਮੇਰਾ ਐਜ਼ ਐਨ ਐਕਟਰ ਮਨ ਸੀ ਕਿ ਇਸ ਫਿਲਮ ਦਾ ਹਿੱਸਾ ਜ਼ਰੂਰ ਬਣਨਾ। ਉਸ ਤੋਂ ਬਾਅਦ ਮੈਂ ਇਹਨਾਂ ਨੂੰ 4 ਵਾਰੀ ਫੋਨ ਕੀਤਾ, ਭਈਆ ਕਦੋਂ ਰਿਹਾ, ਅਗਰ ਐਡਜਸਟ ਕਰਨਾ ਹੈ ਮੈਂ ਡੇਟਸ ਜਾਂ ਕੁਛ, ਮੈਂ ਫਿਲਮ ਕਰਨੀ ਹੈ। ਕਿਆ ਬਾਤ, ਕਿਉਂਕਿ ਕਹਾਣੀ ਇਹੋ ਜਿਹੀ ਹੈ। ਸਿਰਫ ਮੈਂ ਸਾਰੇ ਵੇਖਣ ਵਾਲਿਆਂ ਨੂੰ ਇਹ ਕਹਾਂਗਾ ਜੀ, ਇੱਕੋ ਹੀ ਪ੍ਰੋਬਲਮ ਹੈ ਫਿਲਮ 'ਚ ਕਿ ਇਹ ਸਿਰਫ ਕਾਮੇਡੀ ਨਹੀਂ ਹੈ ਅਤੇ ਬਹੁਤ ਐਕਸ਼ਨ ਨਹੀਂ ਜੇ, ਪਰ ਕਹਾਣੀ ਬੜੀ ਸੋਹਣੀ ਜੇ। ਔਰ ਮੈਂ ਰੱਬ ਦਾ ਵੀ ਸ਼ੁਕਰ ਕਰਨਾ ਔਰ ਖੁਦ ਵੀ ਬਹੁਤ ਖੁਸ਼ ਹਾਂ ਕਿ ਮੈਂ ਡਾਇਰੈਕਟਰ ਨੂੰ ਫੋਨ ਕਰਕੇ ਬਾਅਦ ਬੋਲਿਆ ਕਿ ਮੈਂ ਫਿਲਮ ਦਾ ਹਿੱਸਾ ਬਣਨਾ ਹੈ, ਔਰ ਅੱਜ ਫਿਲਮ ਵੇਖਣ ਦੇ ਬਾਅਦ ਵੀ ਮੈਂ ਬਹੁਤ ਖੁਸ਼ ਹਾਂ ਕਿ ਇਸ ਫਿਲਮ ਦਾ ਹਿੱਸਾ। ਫਿਲਮ ਵੀ ਬਹੁਤ ਵਧੀਆ ਬਣੀ ਹੈ, ਔਰ ਜਿਹੜੀ ਕਹਾਣੀ ਕਹੀ ਜਾ ਰਹੀ ਹੈ ਇੱਕ ਕੁੜੀ ਦੀ ਕਹਾਣੀ ਜੀ, ਔਰ ਮੈਂ ਬਾਰ ਬਾਰ ਜਿੱਥੇ ਵੀ ਹੁਣ ਜਾਂਦਾ ਪੰਜਾਬ ਵਿੱਚ ਸਭ ਲੇਡੀਜ਼ ਨੂੰ ਬੋਲਣਾ, ਦਿੱਲੀ ਵੀ ਜਿਨ੍ਹਾਂ ਨੂੰ ਪੰਜਾਬੀ ਸਮਝ ਆਉਂਦੀ ਹੈ ਔਰ ਜਿਨ੍ਹਾਂ ਨੂੰ ਨਹੀਂ ਵੀ ਸਮਝ ਆਉਂਦੀ, ਮੈਂ ਉਹਨਾਂ ਨੂੰ ਬੋਲਿਆ ਜੀ ਕਿ ਸਬਟਾਈਟਲਸ ਹੁੰਦੇ ਨੇ ਫਿਲਮਾਂ 'ਚ, ਇਹ ਫਿਲਮ ਆਲ ਵਿਮੈਨ ਸ਼ੁੱਡ ਸੀ ਇਟ ਐਂਡ ਆਲ ਵਿਮੈਨ ਸ਼ੁੱਡ ਟੇਕ ਦੇ ਮੈਨ ਟੂ ਸੀ ਇਟ, ਸਾਰੇ ਜਨਾਨੀਆਂ ਵੇਖੋ ਅਤੇ ਆਪਣੇ ਮਰਦਾਂ ਨੂੰ ਵੀ ਨਾਲ ਲੈ ਕੇ ਜਾਓ ਵਿਖਾਓ। ਔਰ ਫਿਲਮ ਬੜੀ ਸਟਨਲੀ ਜੀ ਜਾਤ ਦੀ ਵੀ ਗੱਲ ਕਰਦੀ ਹੈ, ਜੋ ਸਿੱਖਿਜ਼ਮ ਸਾਡਾ ਕਹਿੰਦਾ ਜੀ ਇਹ ਛੋਟਾ ਨਹੀਂ ਵੱਡਾ ਨਹੀਂ, ਉਹਦੀ ਵੀ ਗੱਲ ਹੁੰਦੀ ਹੈ ਔਰ ਬੜੀ ਸਟਨਲੀ ਹੁੰਦੀ ਹੈ, ਔਰ ਸਾਹੂਕਾਰ ਦੀ ਵੀ ਗੱਲ ਹੁੰਦੀ ਹੈ ਕਿਵੇਂ ਜ਼ਮੀਨ ਹੜਪ ਰਹੇ ਨੇ, ਕੁੜੀਆਂ ਦੀ ਇੱਕ ਆਪਣੀ ਮੁਸ਼ਕਿਲ ਦੀ ਵੀ ਗੱਲ ਹੈ ਕਿ ਆਪਣਾ ਨਹੀਂ ਚੱਲਦਾ ਜੀ, ਪੰਜਾਬ ਉਹ ਜਿਹੜੇ ਡਰੱਗ ਦੀ ਪ੍ਰੋਬਲਮ ਹੈ ਕਿ ਬਈਆ ਇਹ ਜਾਤ ਦਾ ਉੱਚਾ ਹੈ ਲੇਕਿਨ ਘਰ ਟੀਵੀ ਦਾ ਧਿਆਨ ਹੀ ਨਹੀਂ ਰੱਖ ਰਿਹਾ ਜੀ, ਆਪਣਾ ਹੀ ਕਰਿਆ ਉਹਨੂੰ ਆਪਣੀ, ਔਰ ਅਖੀਰ 'ਚ ਉਹ ਕੁੜੀ ਆਪਣੀ ਜ਼ਮੀਨ 'ਤੇ ਖੜ੍ਹੀ ਹੁੰਦੀ ਹੈ। ਅਤੇ ਮੈਂ ਹਮੇਸ਼ਾ ਕਿਹਾ ਜੀ ਮੈਂ ਗਾਣੇ ਸੁਣਦਾ ਆਇਆ ਸੀ ਕਿ ਮੈਂ ਜੱਟ ਪੰਜਾਬ ਦਾ, ਅਤੇ ਮੈਂ ਕਿਹਾ ਜੀ ਇਹ ਜੱਟਣੀਆਂ ਵੀ ਹੈਗੀਆਂ ਅਤੇ ਮੈਂ ਜੱਟਣੀ ਪੰਜਾਬ ਦੀ ਅਤੇ ਸਿਫਤਾਂ ਕਰੇ ਜਹਾਨ, ਇਹੀ ਖੜ੍ਹੀ ਹੋਣਗੀਆਂ। ਔਰ ਫਿਰ ਜੇ ਇਹ ਕਿਹਾ ਜਾਂਦਾ ਜੀ ਖੇਤ ਉਹੀ ਬਣਦੇ ਨੇ, ਕਿਹਨੇ ਕਿਹਾ, ਜਨਾਨੀਆਂ ਜਿੰਨਾ ਕੰਮ ਕਰਦੀਆਂ ਹਨ, ਘਰ ਵੀ ਸੰਭਾਲਦੀਆਂ ਹਨ, ਭੈਂਸ ਵੀ ਨਹਾਉਂਦੀਆਂ ਹਨ, ਦੁੱਧ ਵੀ ਕੱਢਦੀਆਂ ਹਨ, ਬੱਚਿਆਂ ਨੂੰ ਵੀ ਸੰਭਾਲਣਾ, ਫਿਰ ਖੇਤ ਹੀ ਰੋਟੀ ਲੈ ਕੇ ਜਾ ਕੇ ਕਟਾਈ ਵਿੱਚ ਵੀ ਮਦਦ ਕਰਨੀ ਹੈ ਅਤੇ ਬੀਜ ਬੋਣ ਵਿੱਚ ਵੀ ਮਦਦ ਕਰਦਾ ਹੈ। ਸਰ ਨੇ ਸਾਰੀਆਂ ਗੱਲਾਂ ਦੱਸੀਆਂ, ਪੰਜਾਬ ਦੀ ਇੱਕ ਜਿਹੜੀ ਤਸਵੀਰ ਹੈਗੀ, ਅਸਲ ਤਸਵੀਰ ਹੈਗੀ ਆ ਤੁਹਾਨੂੰ, ਮਤਲਬ ਡੈਪਥ ਆਫ ਪੰਜਾਬ ਉਹ ਤੁਹਾਨੂੰ ਨਜ਼ਰ ਆਏਗੀ ਨੇ। ਅਤੇ ਮਨਪਾਵਨ ਭਾਜੀ, ਤੁਸੀਂ ਗੇਲੋ ਤੁਹਾਡਾ ਇੱਕ ਬੇਬੀ ਪ੍ਰੋਜੈਕਟ ਹੈਗਾ ਕਿ ਨਹੀਂ, ਤੁਸੀਂ ਕਾਫੀ ਅਰਸੇ ਤੋਂ ਲੱਗੇ, ਤੁਹਾਡੀ ਪਹਿਲੀ ਫਿਲਮ ਫੁੱਲ ਫਲੈਜ ਐਜ਼ ਆ ਡਾਇਰੈਕਟਰ ਤੁਸੀਂ ਲੈ ਕੇ ਆ ਰਹੇ ਹੋ, ਸੋ ਤੁਹਾਡੇ ਦਿਲ ਦੇ, ਇਹਨਾਂ ਦੱਸਿਆ ਕਿੰਨੀ ਕਰੀਬ ਹੈ, ਤੁਹਾਨੂੰ ਕਾਲਸ ਕਰਦੇ ਸੀਗੇ, ਤੁਹਾਡੇ ਦਿਲ ਦੇ ਇਹ ਫਿਲਮ ਕਿੰਨੀ ਕਰੀਬ ਹੈਗੀ ਹੈ ਜੀ? ਮੇਰੇ ਦਿਲ ਦੇ ਇਸ ਕਰਕੇ ਜ਼ਿਆਦਾ ਕਰੀਬ ਹੈ ਕਿਉਂਕਿ ਇਹ ਮੇਰੀ ਪਹਿਲੀ ਫਿਲਮ ਹੈ ਬਤੌਰ ਡਾਇਰੈਕਟਰ ਜੀ। ਅਤੇ ਔਰ ਜਦੋਂ ਮੈਂ ਨੋਵਲ ਪੜ੍ਹਿਆ ਸੀ ਮੈਨੂੰ ਐਂ ਪੜ੍ਹਦੇ ਸਾਰੀਆਂ ਲੱਗਿਆ ਸੀ ਵੀ ਯਾਰ ਇਸ 'ਤੇ ਇੱਕ ਫਿਲਮ ਬਣਨੀ ਚਾਹੀਦੀ ਹੈ, ਹਾਂਜੀ, ਕਿਉਂਕਿ ਜਿਹੜਾ ਉਹਨਾਂ ਨੇ ਅਣਖੀ ਸਾਹਿਬ ਨੇ, ਰਾਮ ਸਰੂਪ ਅਣਖੀ ਜੀ ਦੇ ਨਾਵਲ 'ਤੇ ਆਧਾਰਿਤ ਹੈ ਜੀ, ਅਤੇ ਅਣਖੀ ਸਾਹਿਬ ਨੇ ਜਿਹੜੀ ਉਹ ਇੱਕ ਇੱਕ ਤੱਥ ਫੜਿਆ ਨਾ, ਜਿਹੜਾ ਉਹਨਾਂ ਨੇ ਪੂਰੀ ਰਿਸਰਚ ਕਰਨ ਤੋਂ ਬਾਅਦ ਮਾਲਵੇ ਦੀ ਇੱਕ ਇੱਕ ਪ੍ਰੋਬਲਮ ਨੂੰ ਬੜੇ ਪਿਆਰ ਨਾਲ ਧਾਗੇ 'ਚ ਪਰੋਇਆ, ਅਤੇ ਮੈਨੂੰ ਇਹ ਲੱਗਿਆ ਕਿ ਇਸ 'ਤੇ ਹੀ ਫਿਲਮ ਬਣਨੀ ਚਾਹੀਦੀ ਹੈ, ਬਹੁਤ ਇੰਪੋਰਟੈਂਟ ਨਾਵਲ ਹੈਗਾ। ਅਤੇ ਜਦੋਂ ਮੈਂ ਡਿਸਾਈਡ ਕੀਤਾ ਤਾਂ ਉਸ ਤੋਂ ਬਾਅਦ ਮੈਨੂੰ ਐਂ ਲੱਗਿਆ ਵੀ ਯਾਰ ਸਕ੍ਰਿਪਟ ਹੋ ਗਈ ਹੈ, ਸਾਰਾ ਕੁਛ ਹੋ ਗਿਆ, ਡਾਇਲੋਗਸ ਹੋ ਗਏ, ਸਭ ਕੁਛ ਹੋ ਗਿਆ,
ਹੁਣ ਇਹਦੇ ਵਿੱਚ ਟੀਮ ਜਿਹੜੀ ਹੈਗੀ ਆ ਉਹ ਵੀ ਉਨੀ ਸੋਹਣੀ ਹੋਣੀ ਚਾਹੀਦੀ ਹੈ। ਸਹੀ ਹੈ ਜੀ। ਤੋਂ ਤੁਸੀਂ ਤਾਂ ਖੈਰ ਸਭ ਤੋਂ ਪਹਿਲਾਂ ਜਿਹੜੇ ਮੈਂ ਐਕਟਰ ਸਾਈਨ ਕੀਤੇ ਸੀ ਆਹੀ ਸੀਗੇ ਜਿਹੜੇ ਜਿਹੜੇ ਮੈਂ ਫਿਲਮ ਲਿਖਣ ਤੋਂ ਬਾਅਦ ਹੀ ਮੇਰੇ ਖਿਆਲ ਬਿਲਕੁਲ ਡੇਢ ਸਾਲ ਪਹਿਲਾਂ ਫਿਲਮ ਸਭ ਤੋਂ ਘੱਟ ਟਾਈਮ ਦੇ ਵਿੱਚ ਜਿਹੜੀ ਜੋੜੀ ਬਣੀ ਆ ਮੇਰੇ ਖਿਆਲ ਵਿੱਚ ਉਹ ਸਾਡੇ ਤੋਂ ਨਵੀਂ ਵਰਲਡ ਰਿਕਾਰਡ ਹੀ ਹੈ ਇੱਕ ਤਰ੍ਹਾਂ ਦਾ। ਵਾਕਿਆ ਜੀ। ਸੋ ਪਵਨ ਜੀ ਹੈਗੇ ਆ ਸਭ ਜਾਣਦੇ ਆ ਵੀ ਬਤੌਰ ਐਕਟਰ ਇਹਨਾਂ ਨੇ ਆਪਣੇ ਆਪ ਨੂੰ ਪ੍ਰੂਵ ਕਰ ਚੁੱਕੇ ਆ, ਬਤੌਰ ਇਨਸਾਨ ਸਭ ਨੂੰ ਪਤਾ ਕਿ ਬਹੁਤ ਵਧੀਆ ਇਨਸਾਨ ਨੇ। ਸੋ ਮੇਰਾ ਇਹੀ ਮੋਟਿਵ ਸੀਗਾ ਕਿ ਇੱਕ ਚੰਗੀ ਟੀਮ ਹੋਵੇ ਔਰ ਹਰ ਕਿਰਦਾਰ ਵਧੀਆ ਤੋਂ ਵਧੀਆ ਆਪਣਾ ਕਿਰਦਾਰ ਜਿਹੜਾ ਹੈਗਾ ਉਹਨੂੰ ਨਿਭਾਉਣ ਵਾਸਤੇ ਰੈਡੀ ਹੋਵੇ। ਔਰ ਉਸ ਐਕਸਟੈਂਟ 'ਤੇ ਮੈਨੂੰ ਇਹ ਦੇਖ ਕੇ ਲੱਗਦਾ ਅੱਜ ਫਿਲਮ ਵੀ ਉਸ ਐਕਸਟੈਂਟ ਤੱਕ ਸਾਰੇ ਗਏ ਹੈ ਜੀ। ਸਿਰਫ ਐਕਟਰਸ ਨਹੀਂ ਗਏ, ਜਿੰਨੇ ਟੈਕਨੀਸ਼ੀਅਨ ਸੀ ਉਹਨਾਂ ਨੇ ਵੀ ਬਹੁਤ, ਜਿਹੜੇ ਪਿੱਛੇ ਜਦੋਂ ਪਰਦੇ ਦੇ ਪਿੱਛੇ ਜਿਹੜੇ ਰਹਿੰਦੇ ਆ ਨਾ, ਉਹਨਾਂ ਨੇ ਜਿੰਨਾ ਸਾਥ ਦਿੱਤਾ ਉਹ ਬਹੁਤ ਕਮਾਲ ਟੀਮ ਜੁੜੀ। ਜਸਪਿੰਦਰ, ਇੱਕ ਕੁੜੀ ਪੰਜਾਬ ਦੀ, ਇੱਕ ਤੁਹਾਡੀ ਪਹਿਚਾਣ ਉੱਥੇ ਬਣੀ, ਅੱਜ ਵੀ ਕਿਤੇ ਜਾਈਦਾ ਤਾਂ ਕਲਿੱਕ ਉੱਥੋਂ ਕਰਦੇ ਕਿ ਨਹੀਂ ਵੀ ਇੱਕ ਕੁੜੀ ਪੰਜਾਬ ਦੀ, ਅੱਛਾ ਉਹ ਜਸਪਿੰਦਰ ਜਾ ਰਹੇ ਨੇ। ਫਿਰ ਲੋਕਾਂ ਨੇ ਜਿਹੜੇ ਤੁਹਾਨੂੰ ਸਰਾਉਂਦੇ ਨੇ ਤੁਹਾਡੇ ਕੰਮ ਨੂੰ, ਫੈਨਸ ਹੈਗੇ ਨੇ, ਉਹ ਕਹਿੰਦੇ ਯਾਰ ਇੰਨੀ ਵੇਟ ਕਾਹਤੋਂ ਸਾਨੂੰ ਕਰਾਈ, ਤੁਹਾਡੀ ਐਕਟਿੰਗ ਹੋਰ ਅਸੀਂ ਦੇਖਣੀ ਚਾਹੁੰਦੇ ਸੀ। ਸੋ ਗੇਲੋ 'ਚ ਤੁਹਾਨੂੰ ਕੀ ਖਾਸ ਲੱਗਿਆ? ਗੇਲੋ ਹੁਣ ਜਿਵੇਂ ਇਹਨਾਂ ਦੋਵਾਂ ਨੇ ਦੱਸਿਆ, ਮੇਰੇ ਲਈ ਤਾਂ ਬਹੁਤ ਹੀ ਪਿਆਰੀ ਫਿਲਮ ਹੈ ਕਿਉਂਕਿ ਇਹਦੇ 'ਚ ਇੱਕ ਤਾਂ ਫੀਮੇਲ ਓਰੀਐਂਟਿਡ ਹੈ ਜੋ ਕਿ ਬਹੁਤ ਘੱਟ ਰਿਸਕ ਹੈ ਜੀ, ਬਣਾਉਂਦੇ ਹੀ ਨਹੀਂ ਆ ਰਿਸਕ ਇਹਦੇ 'ਚ, ਮੈਂ ਜਿਹੜੀ ਗੱਲ ਕਹਿੰਦੀ ਹਾਂ। ਸਰ ਨੇ ਮੇਰੇ ਖਿਆਲ ਨਾਲ ਬਹੁਤ ਵੱਡੀ ਹਿੰਮਤ ਕੀਤੀ ਹੈ, ਜਾਂ ਮਨਮੋਹਨ ਸਿੰਘ ਸੀ ਜਿਨ੍ਹਾਂ ਨੇ ਬਣਾਈ ਕੁਛ ਇੱਦਾਂ ਦੀ ਫੀਮੇਲ ਓਰੀਐਂਟਿਡ ਜਿਹਦੇ ਵਿੱਚ ਫੀਮੇਲ ਲਈ ਕੁਛ ਕਰਨ ਨੂੰ ਹੋਵੇ। ਰਾਈਟ। ਸੋ ਉਹ ਜਦੋਂ ਫਿਲਮ ਮੈਨੂੰ ਸਰ ਨੇ, ਮੈਂ ਸਿਰਫ 3-4 ਦਿਨ ਪਹਿਲਾਂ ਫਾਈਨਲਾਈਜ਼ ਹੋਈ ਸੀਗੀ, ਸੋ ਮੈਨੂੰ ਫੋਨ ਆਇਆ ਅਤੇ ਜਦੋਂ ਗੱਲ ਹੋਈ ਮੈਂ ਕਿਹਾ ਮੈਂ ਕੋਈ ਝੂਠ ਮਾਰਦਾ ਹੋਣਾ, 4 ਦਿਨ ਬਾਅਦ ਕਹਿੰਦੇ ਸ਼ੂਟਿੰਗ ਸ਼ੁਰੂ ਹੈ। ਮੈਂ ਕਿਹਾ ਇੰਨੀ ਗੱਪ, ਮੈਂ ਯਾਰ ਪਾਗਲ ਬਣਾਉਣ ਨੂੰ ਮੈਂ ਹੀ ਲੱਭੀ ਹਾਂ। ਤਾਂ ਪਹਿਲਾਂ ਤਾਂ ਮੈਨੂੰ ਲੱਗਾ ਮਜ਼ਾਕ, ਫਿਰ ਜਦੋਂ ਮੇਰੇ ਨਿਧੀ ਮੈਮ ਪ੍ਰੋਡਿਊਸਰ ਜੋ ਕਿ ਇਹਨਾਂ ਦੇ ਵਾਈਫ ਵੀ ਨੇ, ਉਹਨਾਂ ਦਾ ਫੋਨ ਆਇਆ, ਫਿਰ ਮੈਨੂੰ ਲੱਗਾ ਕੋਈ ਕੁੜੀ ਗੱਲ ਕਰ ਰਹੀ ਹੈ, ਨਹੀਂ ਲੱਗਦਾ ਕੁਛ ਬਣੇਗਾ। ਫਿਰ ਇੱਕ ਮੁੰਡਾ ਸੀਗਾ ਸਾਡੀ ਫਿਲਮ ਦੇ ਵਿੱਚ ਜੋ ਕਿ ਰਾਮੇ ਦਾ ਕਿਰਦਾਰ ਕਰ ਰਿਹਾ, ਉਹਦਾ ਨਾਮ ਹੈ ਗੁਰਜੀਤ ਸਿੰਘ, ਹੈ ਨਾ, ਉਹ ਵੀ ਫਾਸਟ। ਸੋ ਗੁਰਜੀਤ ਸਿੰਘ ਸਾਨੂੰ ਮਿਲੇ ਗੇਲੋ ਦੇ ਸੈੱਟ ਤੇ। ਸੋ ਐਂਕਰ ਸਾਹਿਬ, ਤੁਸੀਂ ਵੀ ਦੱਸੋ ਨਾ ਥੋੜਾ ਜਿਹਾ ਆਪਣੇ ਬਾਰੇ, ਮੈਂ ਹੁਣ ਤੁਹਾਨੂੰ ਕਿਹਦਾ ਐਕਸਪੀਰੀਅੰਸ ਰਿਹਾ ਐਕਟਿੰਗ ਦਾ? ਬਿਲਕੁਲ ਜੀ ਬਿਲਕੁਲ, ਤੇ ਸਾਰਾ ਮੈਂ ਵੀ ਦੱਸਾਂਗਾ, ਤੁਸੀਂ ਮੈਨੂੰ ਪੁੱਛਿਆ ਹੈਗਾ, ਪਰ ਵੇਲਾ ਇੱਕ ਨਿੱਕੀ ਜੀ ਬ੍ਰੇਕ ਦਾ ਹੋ ਗਿਆ, ਟਾਈਮ ਨੱਠ ਰਿਹਾ ਜਿੱਦਾਂ ਜਿੱਦਾਂ, ਤਾਂ ਇੱਕ ਬ੍ਰੇਕ ਲੈਣੇ ਜੀ, ਫਿਰ ਤੁਹਾਨੂੰ ਦੱਸਾਂਗੇ ਕਿ ਰਾਮਾ ਇਸ ਫਿਲਮ ਦੇ ਨਾਲ ਕਿਵੇਂ ਜੁੜਿਆ। ਇੰਟਰਸਟਿੰਗ ਕਹਾਣੀ ਹੈ। ਬ੍ਰੇਕ ਤੋਂ ਬਾਅਦ ਵੇਲਿਓ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ PTC ਸ਼ੋਕੇਸ ਦੇ ਵਿੱਚ, ਅਤੇ ਅੱਜ ਖੁੱਲ੍ਹੀਆਂ ਫਿਜ਼ਾ ਵਿੱਚ ਆਪਾਂ ਇਹ ਐਪੀਸੋਡ ਨੂੰ ਸ਼ੂਟ ਕਰ ਰਹੇ ਹਾਂ ਅਤੇ ਮੁਲਾਕਾਤ ਕਰ ਰਹੇ ਜੀ ਸਾਡੀ ਫਿਲਮ ਗੇਲੋ ਦੀ ਟੀਮ ਦੇ ਨਾਲ, ਅਤੇ ਗੱਲਾਂ ਬਾਤਾਂ ਚੱਲ ਰਹੀਆਂ ਤੁਹਾਡੇ ਸਾਰਿਆਂ ਬਾਰੇ। ਸਾਨੂੰ ਸਵਾਲ ਸਵਾਲ ਪੁੱਛਦਾ ਸੀ, ਅੱਜ ਵੀ ਪੁੱਛ ਰਿਹਾ, ਤੁਸੀਂ ਇਹਨੂੰ ਆਪਣੀ ਫਿਲਮ ਚ ਹੀਰੋ ਕਿਵੇਂ ਲੈ ਲਿੱਤਾ ਪਹਿਲਾਂ ਦੱਸੋ? ਇਹ ਵੀ ਗੱਲ ਐਂਕਰਿੰਗ ਦੇ ਨਾਲ ਹੀ ਜੁੜੀ ਹੋਈ ਹੈ। ਹਾਂਜੀ, ਅਸੀਂ PTC ਅਵਾਰਡਸ ਤੇ ਗਏ ਸੀਗੇ 2012 ਦੇ ਵਿੱਚ, ਤੇ ਉੱਥੇ ਇਹ ਸੋਹਣਾ ਸੁਨੱਖਾ ਮੁੰਡਾ ਖੜਾ ਰੈੱਡ ਕਾਰਪੇਟ ਤੇ, ਤੇ ਕੁਐਸਚਨ ਪੁੱਛ ਰਿਹਾ ਸੀਗਾ ਸਾਰੇ ਐਕਟਰਸ ਨੂੰ। ਮੈਂ ਤੇ ਮੇਰੇ ਵਾਈਫ, ਆਪਾਂ ਦੋਵੇਂ ਜੂ ਹੀ ਐਂਟਰ ਹੋਏ ਰੈੱਡ ਕਾਰਪੇਟ ਤੇ ਹੀ ਸਾਨੂੰ ਦਿਖੇ। ਮੈਂ ਯਾਰ ਆਪਾਂ ਰਾਮੇ ਦੇ ਕਰੈਕਟਰ ਬਾਰੇ ਹਾਲੇ ਤੱਕ ਕੁਛ ਨਹੀਂ ਸੋਚਿਆ, ਕੋਈ ਡਿਸਾਈਡਿਡ ਨਹੀਂ ਹੈਗਾ, ਅਤੇ ਆਪਸ 'ਚ ਗੱਲ ਕਹੀ ਅਤੇ ਨਿਧੀ ਹੁਣਾਂ ਨੇ ਜਿਵੇਂ ਹੀ ਦੇਖਿਆ ਕਹਿੰਦੇ ਵੀ ਮੈਨੂੰ ਲੱਗਦਾ ਵੀ ਗੁਰਜੀਤ ਬਹੁਤ ਸੈੱਟ ਬੈਠੇਗਾ, ਇੱਕ ਵਾਰ ਦੇਖੋ। ਅਸੀਂ ਬਹੁਤ ਤਸੱਲੀ ਨਾਲ ਇਹਨਾਂ ਨੂੰ ਦੇਖਦੇ ਰਹੇ ਵੀ ਥੋੜ੍ਹਾ ਜਿਹਾ ਐਮਬੈਰਸ ਹੋਏ ਵੀ ਯਾਰ ਇਹ ਇੰਨੀ ਦੇਰ ਦੇ ਮੈਨੂੰ ਕਿਉਂ ਚੱਕੀ ਜਾਂਦੇ ਆ ਦੋਵੇਂ। ਐਗਜੈਕਟਲੀ। ਅਤੇ ਅਸੀਂ ਉੱਥੇ ਹੀ ਅਵਾਰਡਸ ਦੇ ਇਹਨਾਂ ਨੂੰ ਕਿਹਾ ਵੀ ਇੱਕ ਮਿੰਟ ਸਾਈਡ 'ਤੇ ਆਓ, ਇਹਨਾਂ ਦਾ ਇੰਟਰਵਿਊ ਬਾਅਦ 'ਚ ਕਰ ਲਿਓ। ਉੱਥੇ ਹੀ ਜਾ ਕੇ ਅਸੀਂ ਗੱਲ ਕੀਤੀ, ਮੈਂ ਵੀ ਇੱਦਾਂ ਇੱਦਾਂ ਆਪਾਂ ਫਿਲਮ ਸਟਾਰਟ ਕਰਨ ਲੱਗੇ ਵੀ ਤੁਸੀਂ ਕਰਨ 'ਚ ਇੰਟਰਸਟਿਡ ਹੋ ਗਏ, ਕਹਿੰਦੇ ਬਿਲਕੁਲ ਜੀ ਕਿਉਂ ਨਹੀਂ। ਦੇਖੋ ਜੀ ਇੰਜ, ਇੱਕ ਤਾਂ ਮੁੰਡਾ ਉਂਝ ਵੀ ਚੰਗਾ ਜੀ, ਹਾਂਜੀ, ਘੱਟ ਤੋਂ ਘੱਟ ਚੰਗੇ ਦੀ ਐਕਟਿੰਗ ਤੱਕ ਬੜੇ ਸਾਲਾਂ ਤੋਂ ਆ ਰਹੀ ਰਿਹਾ, ਔਰ ਰੋਲ ਵੀ ਇਹਨੂੰ ਇਹੋ ਜਿਹਾ। ਫਿਰ ਅਸਲੀਅਤ ਪਤਾ ਚੱਲੀ ਜਿਸਲੇ ਸਾਡੀ ਹੀਰੋਇਨ ਨੂੰ ਸ਼ੂਟਿੰਗ ਜੁੜਾਕ ਲੈ ਗਿਆ। ਔਰ ਦੇਖੋ ਜੀ ਉਹ ਸੁੱਕੀ ਸੰਧੀ ਇੰਜ ਹੈ ਕਿ ਉਹ ਸੰਜੋਗ ਦੀ ਗੱਲ ਹੁੰਦੀ ਹੈ, ਇਹ ਜਿਹੜੀ ਫਿਲਮ ਹੈ ਗੇਲੋ, ਕੁੜੀ ਦੀ ਤਾਂ ਬੜੀ ਮੁਸ਼ਕਿਲ ਮੁਸ਼ਕਿਲ ਕਹਾਣੀ ਹੈਗੀ ਜ਼ਿੰਦਗੀ ਦੀ, ਲੇਕਿਨ ਦੋ ਵਿਆਹ ਹੋਏ ਜੇ ਮੇਰੇ ਡਾਇਰੈਕਟਰ ਨੇ ਵੀ, ਬਿਲਕੁਲ ਦੌਰਾਨ ਹੀ ਵਿਆਹ ਕੀਤਾ ਅਤੇ ਇਹਨਾਂ ਨੇ ਵੀ ਵਿਆਹ ਕੀਤਾ,
ਔਰ ਇਹਨੂੰ ਅਸੀਂ ਸੋਚਦੇ ਸੀ ਸਿੱਧਾ ਹੈਗਾ ਪਰ ਸਾਡੀ ਰੂਹ ਨੂੰ ਕਦ ਉੜਾ ਕੇ ਲੈ ਗਿਆ ਪਤਾ ਹੀ ਨਹੀਂ ਚੱਲਿਆ ਜੀ ਗਾਣੇ ਗੁਣੇ ਗਾਉਂਦੇ ਹੋਇਆ ਹਾਂਜੀ ਜਿਹਨੂੰ ਕਹਿੰਦੇ ਨਾ ਵੀ ਨੱਕ ਦੇ ਥੱਲੇ ਨੱਕ ਦੇ ਥੱਲੇ ਤੇ ਇਹੀ ਤਾਂ ਆਪਣੀ ਫਿਲਮ ਦੀ ਮੇਰੇ ਕੋਲ ਖਾਸੀਅਤ ਹੈਗੀ ਹੈ ਪੋਜ਼ਿਟਿਵਿਟੀ ਹੈ ਕਿ ਨਹੀਂ ਤੇ ਆਪਾਂ ਕਹਿੰਦੇ ਮੈਚਿਸ ਆਰ ਮੇਡ ਇਨ ਹੈਵਨ ਐਂਡ ਹੇਅਰ ਮੈਚਿਸ ਆਰ ਮੇਡ ਇਨ ਗੇਲੋ ਸੋ ਗੇਲੋ ਫਿਲਮ ਦੀ ਵਾਕਈ ਵਾਕਈ ਗੇਲੋ ਗੇਲੋ ਦਾ ਸੈੱਟ ਹੈਵਨਲੀ ਸੀ ਹੈਵਨਲੀ ਸੀਗਾ ਬਹੁਤ ਜ਼ਿਆਦਾ ਔਰ ਰੋਲ ਨੂੰ ਸੂਟ ਵੀ ਬਹੁਤ ਕਰਦਾ ਜੀ ਬਹੁਤ ਸੋਹਣਾ ਕੰਮ ਕੀਤਾ ਜਾਤੀ ਜ਼ਿੰਦਗੀ ਵਿੱਚ ਵੀ ਬਹੁਤ ਹੀ ਮਿਹਨਤ ਆ ਜਦ ਵੀ ਮਤਲਬ ਕਮਿੰਗ ਫਰੋਮ ਪਵਨ ਸਰ ਨੋ ਬਿਗ ਕੰਪਲੀਮੈਂਟ ਕੰਮ ਵੀ ਬਹੁਤ ਸੋਹਣਾ ਕੀਤਾ ਇਹਨੇ ਤੁਸੀਂ ਵੀ ਇਹਨਾਂ ਨੂੰ ਬਾਡੀ ਲੈਂਗੁਏਜ ਵੀ ਮੈਂ ਬਲਕਿ ਡਬਿੰਗ ਕਰਦੇ ਫਿਲਮ ਜਦੋਂ ਦੇਖੀ ਉਸ ਤੋਂ ਬਾਅਦ ਵੀ ਮੈਂ ਬੋਲਿਆ ਕਿ ਬੰਦਾ ਨੱਸ ਵੀ ਰਿਹਾ ਹੈ ਜਾਂ ਕੁਛ ਵੀ ਐਕਸ਼ਨ ਕਰ ਰਿਹਾ ਉਹਦੇ 'ਚ ਇੱਕ ਸ਼ਰਾਫਤ ਉਹਦੀ ਝਲਕਦੀ ਹੈ ਜੋ ਕਿ ਕਿਰਦਾਰ ਵਿੱਚ ਜ਼ਰੂਰਤ ਹੈਗੀ ਸੀ ਨਹੀਂ ਬਟ ਇਹਦੇ ਲਈ ਪਵਨ ਸਰ ਥੈਂਕਸ ਮੈਂ ਕਰਦਾ ਆਪਣੇ ਡਾਇਰੈਕਟਰ ਸਰ ਦਾ ਮਨਭਾਵਨ ਭਾਈ ਦਾ ਕਿਉਂਕਿ ਬੜੀ ਸ਼ਿੱਦਤ ਨਾਲ ਇਹ ਆ ਕੇ ਸਮਝਾਉਂਦੇ ਸੀਗੇ ਕਿਉਂਕਿ ਮੇਰੇ ਕੋਲ ਐਕਟਿੰਗ ਦਾ ਇੰਨਾ ਜ਼ਿਆਦਾ ਐਕਸਪੀਰੀਅੰਸ ਫਰੈਂਕਲੀ ਮੇਰੇ ਕੋਲ ਨਹੀਂ ਸੀਗਾ ਤਜਰਬਾ ਜਿਹੜਾ ਬੰਦਾ ਇੰਜ ਕਹਿੰਦਾ ਨਾ ਜੀ ਐਕਸਪੀਰੀਅੰਸ ਨਹੀਂ ਸੀ ਔਰ ਮੈਂ ਸਿੱਖ ਰਿਹਾ ਉਹੀ ਉਹ ਠੀਕ ਕੰਮ ਕਰਦਾ ਜਿਹੜਾ ਕਹਿੰਦਾ ਮੈਨੂੰ ਸਾਰਾ ਪਤਾ ਹੈ ਮੈਂ ਸਭ ਜਾਣਦਾ ਬਿਲਕੁਲ ਉਹ ਫਿਰ ਕਿਉਂਕਿ ਚੀਜ਼ਾਂ ਕਿਉਰੋਸਿਟੀ ਨਾਲ ਹੀ ਸਿੱਖੀ ਜਾਂਦੀ ਹੈ ਇਹ ਗੱਲ ਬਿਲਕੁਲ ਸਹੀ ਹੈ ਉਹ ਹੈਗੀ ਹੈ ਤਾਂ ਬਟ ਆਲ ਇਨ ਆਲ ਜਿਹੜਾ ਇਹ ਰਾਮੇ ਦਾ ਕਿਰਦਾਰ ਸੀਗਾ ਬਹੁਤ ਖੂਬਸੂਰਤ ਕਿਰਦਾਰ ਹੈ ਮੇਰੇ ਖਿਆਲ ਵਿੱਚ ਇਹਦੇ ਨਾਲ ਲੋਕੀ ਬਹੁਤ ਕਨੈਕਟ ਕਰਨਗੇ ਬਹੁਤ ਇਮੋਸ਼ਨਲ ਇੱਕ ਪਾਰਟ ਫਿਲਮ ਦੇ ਵਿੱਚ ਐਡ ਕਰਦਾ ਐਂਡ ਮੋਰ ਇੰਪੋਰਟੈਂਟਲੀ ਜੇ ਫਿਲਮ ਦੇ ਵਿੱਚ ਰਾਮੇ ਦਾ ਕਿਰਦਾਰ ਨਾ ਹੁੰਦਾ ਰਾਮ ਸਰੂਪ ਅਣਖੀ ਸਾਹਿਬ ਨੇ ਉਹਨਾਂ ਲਿਖਿਆ ਹੁੰਦਾ ਇਹਨਾਂ ਨੇ ਨਾ ਫਿਲਮ ਦੇ ਵਿੱਚ ਉਸ ਕਿਰਦਾਰ ਨੂੰ ਸਾਹਮਣੇ ਲਿਆਉਂਦਾ ਹੁੰਦਾ ਤਾਂ ਅੱਜ ਗੇਲੋ ਰਾਮੇ ਦੀ ਨਹੀਂ ਹੋਣੀ ਸੀ ਅਸਲ ਵਿਚਾਰੀ ਗੇਲੋ ਐਵੇਂ ਘੁੰਮ ਰਹੀ ਹੁੰਦੀ ਅੰਮ੍ਰਿਤਸਰ ਵਿੱਚ ਕਿਤੇ ਬੇਚਾਰਾ ਰਾਮਾ ਮਤਲਬ ਮਰਿੰਡੇ 'ਚ ਕਿਤੇ ਐਂ ਘੁੰਮ ਰਿਹਾ ਮਰਿੰਡੇ ਵਿੱਚ ਕਿਤੇ ਐਦਾਂ ਹੀ ਘੁੰਮ ਰਿਹਾ ਹੁੰਦਾ ਨਹੀਂ ਹੈ ਬੜੀ ਸੋਹਣੀ ਗੱਲ ਹੋ ਗਈ ਜੀ ਬਿਲਕੁਲ ਬੜੀ ਚੰਗਾ ਕਪਲ ਹੈ ਬਹੁਤ ਖੁਸ਼ ਰਹਿਣ ਸਾਰੀ ਜ਼ਿੰਦਗੀ ਖੁਸ਼ ਰਹਿਣ ਔਰ ਰੱਬ ਭਾਗ ਲਾਇਆ ਇਹਨਾਂ ਨੂੰ ਔਰ ਇਹ ਵੀ ਸਾਡਾ ਬੰਦਾ ਹਾਂਜੀ ਇਹਨਾਂ ਦੀ ਇੱਕ ਬੜੀ ਚੰਗੀ ਕੁੜੀ ਮਿਲ ਗਈ ਅਤੇ ਇਹ ਗੇਲੋ ਵਿੱਚ ਇਹ ਹਮੇਸ਼ਾ ਯਾਦ ਰਹੇਗਾ ਕਿ ਬੜਾ ਸੋਹਣਾ ਕੰਮ ਹੋ ਗਿਆ ਔਰ ਫਿਲਮ ਵੀ ਬੜੀ ਸੋਹਣੀ ਬਣੀ ਜੇ ਬਿਲਕੁਲ ਜੀ ਬਾਰ ਬਾਰ ਕਹਾਂਗਾ ਸਾਰੀ ਕੁੜੀਆਂ ਸਾਰੀ ਜਨਾਨੀਆਂ ਵੇਖਣ ਆਓ ਅਤੇ ਨਾਲ ਆਪਣੇ ਮਰਦਾਂ ਨੂੰ ਵੀ ਲਿਆਓ ਬਹੁਤ ਜ਼ਰੂਰੀ ਜਿਹਾ ਕਹਾਣੀ ਦੇਖਣੀ ਔਰ ਮੈਨੂੰ ਬਹੁਤ ਬਹੁਤ ਖੁਸ਼ੀ ਹੈ ਕਿ ਮੈਂ ਗੇਲੋ ਦਾ ਹਿੱਸਾ ਅੱਛਾ ਮੈਂ ਇੱਕ ਗੱਲ ਇੱਥੇ ਦੱਸਣਾ ਚਾਹਾਂਗੀ ਜੀ ਗੇਲੋ ਨਾਂ ਜਦੋਂ ਦੱਸਿਆ ਜਾਂਦਾ ਨਾ ਸਰ ਤੁਹਾਡੇ ਨਾਲ ਵੀ ਐਕਸਪੀਰੀਅੰਸ ਹੋਏਗਾ ਲੋਕੀ ਇਹ ਪੁੱਛਦੇ ਨੇ ਗੇਲੋ ਦਾ ਮਤਲਬ ਕੀ ਹੈ ਜੀ ਕੋਈ ਇਹਨੂੰ ਗਿੱਲੋ ਕਹਿ ਦਿੰਦਾ ਕੋਈ ਇਹਨੂੰ ਬੰਬੇ ਸਭ ਲੋਕ ਮੈਂ ਪੁੱਛਦੇ ਜੇਲੋ ਗੇਲੋ ਤਾਂ ਮੈਂ ਬੜਾ ਤਰੀਕੇ ਨਾਲ ਸਮਝਾਉਂਦੀ ਹੁੰਦੀ ਮੈਂ ਕਿਹਾ ਗੇਲੋ ਨਾ ਪੁਰਾਣੇ ਜ਼ਮਾਨੇ ਦੇ ਵਿੱਚ ਨਾ ਜਿਵੇਂ ਇੱਕ ਕੁੜੀ ਦਾ ਨਾਮ ਹੈ ਵੈਸੇ ਤਾਂ ਬੇਸਿਕਲੀ ਗੁਰਮੇਲ ਕੌਰ ਗੇਲੋ ਤਾਂ ਮੈਂ ਕਿਹਾ ਆਵਾਜ਼ ਮਾਰਦਾ ਨਹੀਂ ਗੇਲੋ ਇੱਧਰ ਆ ਨਹੀਂ ਗੇਲੋ ਆ ਕਰ ਨਹੀਂ ਗੇਲੋ ਕਿੱਥੇ ਗਈ ਸੋ ਲੋਕਾਂ ਨੂੰ ਈਜ਼ਲੀ ਸਮਝ ਆਉਂਦਾ ਸੋ ਸਰ ਮੈਂ ਤਾਂ ਦੱਸ ਰਹੀ ਹੈ ਕਿ ਗੇਲੋ ਇੱਕ ਕੁੜੀ ਦਾ ਨਾਮ ਹੈ ਸੋ ਫਿਲਮ ਜਿੱਦਾਂ ਦੀ ਬੈਲਟ 'ਤੇ ਬਣੀ ਹੈ ਮਾਲਵੇ ਬੈਲਟ 'ਤੇ ਸੋ ਕੁੜੀ ਸਿਰਫ ਇਹ ਨਹੀਂ ਹੈ ਕਿ ਇਹਦੇ ਵਿੱਚ ਅਸੀਂ ਰੋਣ ਧੋਣ ਐਕਸ਼ਨ ਜਿਵੇਂ ਸਰ ਨੇ ਕਿਹਾ ਸਭ ਕੁਝ ਹੈ ਜੀ ਰੋਮਾਂਸ ਵੀ ਹੈ ਐਕਸ਼ਨ ਵੀ ਹੈ ਕਾਮੇਡੀ ਵੀ ਹੈ ਆਪਾਂ ਪੰਜਾਬ ਦੀ ਗੱਲ ਕਰਦੇ ਔਰ ਇੱਕ ਹੋਰ ਗੱਲ ਇਹ ਜਿਹੜਾ ਵਿਆਹ ਹੋਇਆ ਨਾ ਜੀ ਇਹਦੇ 'ਤੇ ਸਾਡਾ ਮਿਊਜ਼ਿਕ ਵਾਲੇ ਔਰ ਲਿਰਿਕਸ ਵਾਲੇ ਦਾ ਵੀ ਕਸੂਰ ਜੇ ਜਿਹਨੇ ਸਾਡੇ ਫਿਲਮ ਦਾ ਸੰਗੀਤ ਕੀਤਾ ਗਾਣੇ ਬਣਾਏ ਕਿਉਂਕਿ ਮਿਊਜ਼ਿਕ ਇੰਨਾ ਸੋਹਣਾ ਹੈ ਗਾਣੇ ਇੰਨੇ ਸੋਹਣੇ ਹੁਣ ਤਾਂ ਤੁਸੀਂ ਯੂਟਿਊਬ 'ਤੇ ਵੇਖ ਹੀ ਚੁੱਕੇ ਹੋ ਅਤੇ ਉਹ ਆਪਣੇ ਆਪ ਹੀ ਰੋਮਾਂਸ ਕਰਵਾਤਾ ਉਹਨੇ ਕੀ ਬਾਤ ਹੈ ਮਨਪਾਵਨ ਭਾਜੀ ਸੌਂਗਸ ਨੂੰ ਲੈ ਕੇ ਮਤਲਬ ਕਿਉਂਕਿ ਤੁਸੀਂ ਦੱਸਿਆ ਕਿ ਮੇਰਾ ਜਿਹੜੀ ਕ੍ਰੀਏਟੀਵਿਟੀ ਹੈਗੀ ਆ ਡਾਇਰੈਕਸ਼ਨ ਵਿੱਚ ਤੁਸੀਂ ਸਟੱਡੀ ਕੀਤੀ ਹੋਈ ਹੈ ਕਿ ਨਹੀਂ ਬਕਾਇਦਾ ਸ਼ਾਰਟ ਜਿਹੜੇ ਨੇ ਤੁਸੀਂ ਅਸੀਂ ਦੇਖਦੇ ਰਹੇ ਹਾਂ ਬਹੁਤ ਇਤਮਾਨ ਨਾਲ ਲਏ ਨੇ ਬੜੇ ਸਕੂਨ ਨਾਲ ਟਾਈਮ ਲੈ ਕੇ ਕਿ ਨਹੀਂ ਕੋਈ ਉਹਦੇ 'ਚ ਨਹੀਂ ਪਰ ਜਦੋਂ ਗਾਣਿਆਂ ਦਾ ਸ਼ੂਟ ਕਰਨਾ ਸੀਗਾ ਤੁਸੀਂ ਕਹਿੰਦੇ ਸੀ ਯਾਰ ਵੀ ਇਹ ਗਾਣਿਆਂ ਦਾ ਇੱਕ ਵੱਖਰਾ ਉਹ ਜਾਨਰ ਹੁੰਦਾ ਕਿ ਨਹੀਂ ਉਦੋਂ ਫਿਰ ਉਹਨਾਂ ਨੂੰ ਜਦੋਂ ਟੈਕਲ ਕਰਨਾ ਫਿਲਮ ਦਾ ਇੱਕ ਲੈਵਲ ਬਹੁਤ ਆਪਸੀ ਸ਼ੂਟ ਦੇ ਟਾਈਮ ਗਾਣਿਆਂ ਨੂੰ ਉਹਨਾਂ ਨਾਲ ਮੈਚ ਕਰਨਾ ਉਹ ਕਿੱਦਾਂ ਕੀਤਾ ਜੀ ਸਰ ਉਹ ਬੇਸਿਕਲੀ ਇਹ ਸੀ ਕਿ ਗਾਣੇ ਜਿਹੜੇ ਸੀਗੇ ਸਟਾਰਟਿੰਗ ਵਾਲੇ ਜਿਹੜੇ ਜਿਵੇਂ ਇੱਕ ਰੋਮਾਂਟਿਕ ਸੌਂਗ ਸਾਡੇ ਵੱਲੋਂ ਚ ਇੱਕ ਜਿਹੜਾ ਕਮਲੀ ਕਮਲੀ ਇਹ ਗਾਣਾ ਬਹੁਤ ਵਧੀਆ ਬਹੁਤ ਉਹ ਜਿਹੜੇ ਗਾਣੇ ਸੀ ਉਹ ਬਹੁਤ ਲਾਈਟ ਹਾਰਟਡ ਜਿਹੇ ਹੈ ਨਾ ਜਿਹੜੇ ਮੂਮੈਂਟਸ ਦੋਵੇਂ ਕੁੜੀ ਮੁੰਡਾ ਜੀਉ ਸਕਦੇ ਹੈ ਨਾ ਉਸ ਤਰ੍ਹਾਂ ਦਾ ਹੋਣਾ ਚਾਹੀਦਾ ਸੀ ਸੋ ਮੈਨੂੰ ਸਿਰਫ ਇਹ ਸੀਗਾ ਕਿ ਇਹ ਇੱਕ ਪ੍ਰੋਪਰ ਟਾਈਮ ਮੈਂ ਗਾਣੇ ਵਾਲਿਆਂ ਨੂੰ ਦੇਣਾ ਚਾਹੁੰਦਾ ਜੀ ਜਿਨ੍ਹਾਂ ਤੋਂ ਮੈਂ 2 ਦਿਨ ਹੋਰ ਐਕਸਟਰਾ ਦਿੱਤੇ ਉਹਨਾਂ ਨੂੰ ਬਿਲਕੁਲ ਸਹੀ ਗੱਲ ਤੇ ਤਾਂ ਕਿ ਮੈਨੂੰ ਇਹ ਸੀਗੀ ਨਾਲ ਸ਼ੂਟ ਕਰਨ ਕਿਉਂਕਿ ਗਾਣੇ ਜਿਹੜੇ ਆ ਉਹ ਸਾਡੇ ਬੈਕਬੋਨ ਹੈ ਇੱਕ ਤਰ੍ਹਾਂ ਦੇ ਕਿਉਂਕਿ ਜਿਹੜੀ ਘਾਟਾਂ ਰਹਿ ਜਾਂਦੀ ਜਿਹੜੀ ਚੀਜ਼ਾਂ ਆਪਾਂ ਫਿਲਮ 'ਚ ਨਹੀਂ ਦਿਖਾ ਸਕਦੇ ਉਹ ਉਸ ਤਰ੍ਹਾਂ ਦਾ ਰੋਮਾਂਸ ਨਹੀਂ ਦਿਖਾ ਸਕਦੇ ਉਹ ਗਾਣੇ 'ਚ ਹੀ ਆਪਾਂ ਅਤੇ ਇੱਕ ਬਾਲੀਵੁੱਡ ਦਾ ਇੱਕ ਪੋਲੀਵੁੱਡ ਦਾ ਇੱਕ ਕਲਚਰ ਵੀ ਹੈਗਾ ਸਹੀ ਹੈ ਜੀ ਸੋ ਉਹ ਮੈਨੂੰ ਐਂ ਸੀਗਾ ਕਿ ਇਹ ਗਾਣੇ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਸ਼ੂਟ ਹੋਣ ਐਗਜੈਕਟਲੀ ਇਸ ਕਰਕੇ ਉਹਨਾਂ ਨੂੰ 2 ਦਿਨ ਐਕਸਟਰਾ ਵੀ ਦਿੱਤੇ ਗਏ ਕਿ ਹਾਂਜੀ ਤੁਸੀਂ ਜੀ ਖੋਲ ਕੇ ਸ਼ੂਟ ਕਰੋ ਵਾਕੇ ਵਾਕੇ ਸਰ ਸਾਡੇ ਸਿੰਗਰ ਨਹੀਂ ਹੈ ਕੋਈ ਮੈਂ ਜਾਵਾਂਗੇ ਆਪਾਂ ਕਮਲੀ ਦੀਆਂ ਕੁਝ ਲਾਈਨਾਂ ਜ਼ਰੂਰ ਗਾਈਏ ਲਾਈਨਾਂ ਵੀ ਤੇ ਆਪਾਂ ਸਟੈਪ ਵੀ ਉਹ ਕਰਦੇ ਫਿਤੂਰੇ ਕੋਈ ਰੱਬ ਦੀ ਸੁਖ ਸੂਰ ਨਾ ਕੋਈ
ਮੈਨੂੰ ਚੜਿਆ ਫਿਤੂਰ ਐ ਕੋਈ ਐਵੇਂ ਲੋਕੀ ਹੱਸਦੇ ਨੇ ਰਹਿੰਦੇ ਕਮਲੀ ਕਹਿੰਦੇ ਕਮਲੀ ਕਹਿੰਦੇ ਸਾਰੇ ਲੋਕੀ ਮੈਨੂੰ ਕਮਲੀ ਕਹਿੰਦੇ ਕਮਲੀ ਕਹਿੰਦੇ ਵਾਹ ਜੀ ਵਾਹ ਕੀ ਬਾਤ ਹੈ ਉਮਰ ਸ਼ੇਖ ਉਹਨਾਂ ਦਾ ਮਿਊਜ਼ਿਕ ਉਮਰ ਸ਼ੇਖ ਦਾ ਮਿਊਜ਼ਿਕ ਹੈਗਾ ਇਸ 'ਚ ਜਿਹੜੀ ਆਵਾਜ਼ਾਂ ਦਿੱਤੀਆਂ ਉਹ ਜਾਵੇਦ ਅਲੀ ਜੀ ਹੈ ਜੀ ਰੂਪ ਕੁਮਾਰ ਰਾਠੌੜ ਸਾਹਿਬ ਹੈ ਬਹੁਤ ਵੈਟਰਨ ਸਿੰਗਰ ਹੈ ਬਿਲਕੁਲ ਤਰੁਨਮ ਹੈਗੇ ਰਿਚਾ ਸ਼ਰਮਾ ਜੀ ਹੈਗੇ ਐਗਜ਼ੈਕਟਲੀ ਸੋ ਜਸਪਿੰਦਰ ਤੁਹਾਨੂੰ ਪੁੱਛਦੇ ਜਦੋਂ ਸ਼ੂਟ ਕਰ ਰਹੇ ਸੀਗੇ ਖਾਸ ਤੌਰ 'ਤੇ ਸੌਂਗਸ ਦੀ ਜਦੋਂ ਸ਼ੂਟ ਚੱਲ ਰਿਹਾ ਸੀਗਾ ਕਿ ਨਹੀਂ ਮੈਨੂੰ ਤਾਂ ਪਤਾ ਹੀ ਹੈ ਬਟ ਆਡੀਅੰਸ ਲਈ ਹੈ ਸਾਰਾ ਕੁਝ ਇਹ ਬਿਲਕੁਲ ਸਹੀ ਹੈ ਸੋ ਆਲ ਇਨ ਆਲ ਸਾਰਾ ਜਿੱਦਾਂ ਸਟੈਪਸ ਕਰਨੇ ਸੀਗੇ ਕਿਉਂਕਿ ਇੱਕ ਦੇਸੀ ਟੱਚ ਵੀ ਦੇਣਾ ਸੀਗਾ ਫਿਲਮ ਦੇ ਨਾਲ ਜਿੱਦਾਂ ਭਾਅ ਜੀ ਨੇ ਕਿਹਾ ਫਿਲਮ ਨਾਲ ਮਿਲਦੇ ਜੁਲਦੇ ਹੁਣ ਇਹ ਨਾ ਹੋਵੇ ਕਿ ਫਿਲਮ ਵੱਖਰੀ ਚੱਲ ਰਹੀ ਹੈ ਅਤੇ ਗਾਣਾ ਕੋਈ ਬਾਹਰ ਜਾ ਕੇ ਸ਼ੂਟ ਕਰਿਆ 13ਵੀਂ ਦੁਨੀਆ ਦੇ ਵਿੱਚ ਜਾ ਕੇ ਸੋ ਉਹ ਆਪਣੇ ਆਪ ਨੂੰ ਮੈਚ ਕਰਨਾ ਸਟੈਪਸ ਕੋਰੀਓਗ੍ਰਾਫੀ ਕਰਨੀ ਸੋ ਹਾਓ ਡਿਫੀਕਲਟ ਹਾਓ ਈਜ਼ੀ ਇਹ ਬਹੁਤ ਅੱਛਾ ਸੀਗਾ ਐਕਚੁਅਲੀ ਡਾਂਸ ਮੈਨੂੰ ਵੈਸੇ ਬੜਾ ਪਸੰਦ ਹੈ ਅਤੇ ਗਾਣੇ ਬੜੇ ਪਸੰਦ ਸੀਗੇ ਰੋਮਾਂਟਿਕ ਗਾਣਾ ਕੋਈ ਜ਼ਿਆਦਾ ਹੀ ਪਸੰਦ ਸੀ ਹੁਣ ਤੁਹਾਨੂੰ ਦੇਖਣ ਨੂੰ ਮਿਲੇਗਾ ਸੋ ਜੀ ਕਮਲੀ ਸੌਂਗ 'ਚ ਬਹੁਤ ਮਜ਼ਾ ਆਇਆ ਬਹੁਤ ਪਿਆਰੇ ਸਟੈਪ ਸੋਬਰਨੈਸ ਇੱਕ ਕੁੜੀ ਮਤਲਬ ਇਹ ਨਾ ਲੱਗੇ ਡਾਂਸ ਕਰ ਰਹੀ ਹੈ ਉਹ ਇੰਜੋਏ ਕਰ ਰਹੀ ਹੈ ਸੋ ਆਲ ਕ੍ਰੈਡਿਟ ਗੋਜ਼ ਟੂ ਕੋਰੀਓਗ੍ਰਾਫਰ ਜਿਹੜੇ ਆਪਣੇ ਭਾਜੀ ਨੇ ਸਾਡੇ 'ਤੇ ਵਰਕ ਕੀਤਾ ਡਾਇਰੈਕਟਰ ਸਰ ਹੋ ਗਏ ਤੇ ਪਵਨ ਸਰ ਗਾਣੇ ਦੇ ਸਟੈਪ ਠੀਕ ਸੀ ਇਹਨਾਂ ਦਾ ਸਟੈਪ ਤਾਂ ਸਭ ਤੋਂ ਵੱਡਾ ਸੀਗਾ ਇਹਨਾਂ ਦਾ ਇੱਕੋ ਹੀ ਸਟੈਪ ਲਿੱਤਾ ਜੀ ਉਹੀ ਠੀਕ ਸੀ ਅੱਜ ਵਨ ਸਟੈਪ ਅੱਜ ਸ਼ੋ ਕਿਧਰੇ ਹੋਰ ਸੈਂਟ੍ਰਿਕ ਹੈਗਾ ਜੀ ਤੇ ਜੋੜੀਆਂ ਵੱਲ ਜਾ ਰਿਹਾ ਤੇ ਮੈਂ ਇੱਥੇ ਹੁਣ ਜ਼ਿਆਦਾ ਚਿਰ ਇਕੱਲਾ ਨਹੀਂ ਬਹਿ ਸਕਦਾ ਉਹਨਾਂ ਵੀ ਨਾਲ ਬਿਠਾਵਾਂਗਾ ਪਰ ਅੱਜ ਇਹ ਕਦੋਂ ਹੋਏਗਾ ਕਿ ਅਸੀਂ ਤੁਹਾਨੂੰ ਬੈਠ ਕੇ ਤੁਸੀਂ ਇੰਨੇ ਜੇ ਉਧੇੜਦੇ ਰਹੇ ਹੋ ਸਾਲੋ ਸਾਲ ਲੋਕਾਂ ਨੂੰ ਹੈ ਹੁਣ ਤੁਹਾਡੀ ਵਾਰੀ ਆ ਗਈ ਤੁਸੀਂ ਇਸ ਪੱਲੇ 'ਚ ਆ ਗਏ ਨਾ ਹੁਣ ਤੁਹਾਨੂੰ ਵੀ ਲੋਕੀ ਬਿਠਾ ਕੇ ਉਧੇੜਿਆ ਕਰਨਗੇ ਅੱਜ ਹੀ ਫਿਰ ਦੱਸੋ ਸਰ ਅਸੀਂ ਕੰਮ ਕਰ ਲਾਂਗੇ ਅਗਲੇ ਸੈਗਮੈਂਟ 'ਚ ਆਪਾਂ ਜੋ ਇਹਨਾਂ ਦੇ ਨਾਲ ਘਰ 'ਚ ਹੁੰਦਾ ਨਾ ਵੀ ਬਿਠਾ ਕੇ ਕੁਐਸਚਨ ਪੁੱਛੇ ਜਾਂਦੇ ਘਰਵਾਲੀ ਤੋਂ ਕਿੱਥੇ ਸੀ ਹੁਣ ਤੱਕ ਨਹੀਂ ਪਹੁੰਚਿਆ ਅਸੀਂ ਇਹਨਾਂ ਦੀ ਘਰਵਾਲੀ ਨੂੰ ਉੱਧਰ ਬਿਠਾਉਂਦੇ ਹਾਂ ਇਹਨਾਂ ਨੂੰ ਆਪਣੇ ਨਾਲ ਬਿਠਾਉਂਦੇ ਹਾਂ ਬਿਲਕੁਲ ਜੀ ਬਿਲਕੁਲ ਵਿਚਾਰਾ ਬੜੀ ਬੁਰੀ ਨਹੀਂ ਨਹੀਂ ਜੋ ਮਾਹੌਲ ਨੂੰ ਬਦਲਾਂਗੇ ਸੀਟਾਂ ਬਦਲਣਗੀਆਂ ਇੱਥੇ ਅਤੇ ਨਾਲ ਦੀ ਨਾਲ ਕੋਟ ਸ਼ਮੀਰ ਜਿਹੜਾ ਪਿੰਡ ਹੈ ਜੀ ਉਹਦੀਆਂ ਗੱਲਾਂ ਕਰਾਂਗੇ ਕਿਉਂਕਿ ਗਿੱਲ ਉੱਥੇ ਸ਼ੂਟ ਹੋਈ ਹੈ ਨਿੱਕੀ ਜੀ ਹੋਰ ਬ੍ਰੇਕ ਲੈਂਦੇ ਹਾਂ ਜੀ ਆਪਾਂ ਫਿਰ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਮਿੱਤਰੋ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੀ ਟੀ ਸੀ ਸ਼ੋਕੇਸ ਦੇ ਵਿੱਚ ਅਤੇ ਅੱਜ ਮੈਂ ਤੁਹਾਨੂੰ ਆਪਣੀ ਆਉਣ ਵਾਲੀ ਫਿਲਮ ਗੇਲੋ ਦੀ ਸਟਾਰਕਾਸਟ ਦੇ ਨਾਲ ਅਤੇ ਡਾਇਰੈਕਟਰ ਸਾਹਿਬ ਦੇ ਨਾਲ ਮਿਲਾ ਰਿਹਾ ਅਤੇ ਦੇਖੋ ਜੀ ਹੁਣ ਮੇਰੇ ਨਾਲ ਉਹੀ ਹਾਲ ਹੋਇਆ ਨਾ ਜਿਹੜਾ ਇੱਥੇ ਗੱਲਾਂ ਹੋ ਰਹੀਆਂ ਸੀਗੀਆਂ ਤਾਂ ਮੇਰੀ ਸੀਟ ਜਸਪਿੰਦਰ ਜੀ ਨੇ ਪਹਿਲਾਂ ਹੀ ਸਾਂਭੀ ਹੋਈ ਹੈ ਅਤੇ ਅੱਜ ਔਨ ਸਕਰੀਨ ਵੀ ਸਾਂਭ ਲਈ ਹੈ ਜੀ ਅਤੇ ਉਹ ਐਂਕਰ ਕਰ ਰਹੇ ਨੇ ਆਲਾ ਸੈਗਮੈਂਟ ਬਿਲਕੁਲ ਜੀ ਅਤੇ ਵੈਲਕਮ ਬੈਕ ਤੁਸੀਂ ਦੇਖ ਰਹੇ ਹੋ ਪੀ ਟੀ ਸੀ ਸ਼ੋਕੇਸ ਅਤੇ ਮੈਂ ਕਾਪੀ ਕਰ ਰਹੀ ਹਾਂ ਗੁਰਜੀਤ ਸਿੰਘ ਜੀ ਨੂੰ ਖੁੱਲੀਆਂ ਫਿਜ਼ਾਵਾਂ ਵਿੱਚ ਖੁੱਲੀਆਂ ਫਿਜ਼ਾਵਾਂ ਦੇ ਵਿੱਚ ਅਤੇ ਅੱਜ ਮੈਨੂੰ ਮੌਕਾ ਮਿਲ ਰਿਹਾ ਛੋਟਿਆ ਜਿਹਾ ਹੋਸਟਿੰਗ ਕਰਨ ਦਾ ਕਿਉਂਕਿ ਹੁਣ ਇਹਨਾਂ ਦੇ ਨਾਲ ਰਹਿ ਰਹਿ ਕੇ ਮੈਨੂੰ ਵੀ ਐਂਕਰਿੰਗ ਕਰਨ ਦੀ ਆਦਤ ਪੈ ਗਈ ਹੈ ਥੋੜ੍ਹੀ ਥੋੜ੍ਹੀ ਸੋ ਸਰ ਲੋਕੇਸ਼ਨ ਤੁਹਾਨੂੰ ਬਹੁਤ ਅੱਛੀ ਲੱਗ ਰਹੀ ਹੈ ਪਵਨ ਸਰ ਤੁਹਾਨੂੰ ਵੀ ਪਸੰਦ ਆ ਰਹੀ ਹੈ ਜੀ ਮੈਂ ਤਾਂ ਬਹੁਤ ਵਧੀਆ ਜੀ ਮੈਂ ਤਾਂ ਦੇਖੋ ਜੀ ਦਿੱਲੀ ਬੰਬਈ ਦਾ ਮੁੰਡਾ ਜਦ ਵੀ ਇਹੋ ਜਿਹੀ ਜਗ੍ਹਾ 'ਤੇ ਆਉਂਦਾ ਜੀ ਅਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਪੰਜਾਬ ਮੈਨੂੰ ਆਉਣਾ ਬਹੁਤ ਵਧੀਆ ਲੱਗਦਾ ਹੈ ਪੰਜਾਬ ਦੇ ਲੋਕਾਂ ਨੂੰ ਮਿਲਣਾ ਬਹੁਤ ਵਧੀਆ ਲੱਗਦਾ ਅਤੇ ਇਸੇ ਕਰਕੇ ਫਿਰ ਗੇਲੋ ਜਦੋਂ ਸ਼ੂਟ ਹੋਈ ਹੋਣੀ ਹੈ ਅਤੇ ਗੁਰਜੀਤ ਜੀ ਤੁਸੀਂ ਵੀ ਕਾਬੂ ਆਇਓ ਸਰ ਚੰਗੀ ਤਰ੍ਹਾਂ ਜਰਾ ਕਾਬੂ ਕਰੀਏ ਇਹਨਾਂ ਨੂੰ ਫਿਰ ਦੱਸੋ ਜੀ ਲੋਕੇਸ਼ਨ ਦਾ ਐਕਸਪੀਰੀਅੰਸ ਅਤੇ ਜੋ ਬਠਿੰਡੇ ਸ਼ੂਟਿੰਗ ਕੀਤੀ ਹੈ ਕੋਟ ਸ਼ਮੀਰ ਪਿੰਡ ਦਾ ਐਕਸਪੀਰੀਅੰਸ ਕਿੱਦਾਂ ਰਿਹਾ ਐਕਸਪੀਰੀਅੰਸ ਸਭ ਤੋਂ ਵੱਡੀ ਗੱਲ ਤਾਂ ਮੈਨੂੰ ਵੈਸੇ ਬੜਾ ਔਡ ਲੱਗਿਆ ਕਿੱਦਾਂ ਫਾਰਮਲੀ ਜਿਹਾ ਇੱਥੇ ਬੋਲਣਾ ਪੈਂਦਾ ਔਖਾ ਕੰਮ ਲੋਕਾਂ ਨੂੰ ਦੇੜਦਾ ਵੀ ਹੁਣ ਪਤਾ ਚੱਲਿਆ ਇੰਨਾ ਸੌਖਾ ਕੰਮ ਨਹੀਂ ਹੈਗਾ ਔਰ ਹੁਣ ਤਾਂ ਬੜੀ ਫਿਲਮਾਂ 'ਚ ਕਰਨਾ ਪੈਗਾ ਹੁਣ ਤਾਂ ਇਹ ਦਲਦਲੀ 'ਚ ਆ ਗਿਆ ਐਕਟਿੰਗ ਵਾਲੀ ਨਹੀਂ ਆਈ ਐਮ ਰੈਡੀ ਹਾਂ ਜੀ ਹਾਂ ਪਲੀਜ਼ ਸ਼ੇਅਰ ਕਰੋ ਤੁਸੀਂ ਆਪਣਾ ਐਕਸਪੀਰੀਅੰਸ ਬਿਲਕੁਲ ਜਸਪਿੰਦਰ ਜੀ ਲੋਕੇਸ਼ਨਸ ਤੇ ਦੇਖੋ ਜੀ ਐਦਾਂ ਕੋਟ ਸ਼ਮੀਰ ਪਿੰਡ ਸੀਗਾ ਸਾਰੇ ਪਿੰਡ ਵਾਲਿਆਂ ਨੇ ਬਹੁਤ ਸਾਥ ਨਿਭਾਇਆ ਅਤੇ ਸਭ ਤੋਂ ਖਾਸ ਗੱਲ ਹੈ ਗਰਮੀ ਅਪ੍ਰੈਲ ਮਈ ਦਾ ਮਹੀਨਾ ਸੀ ਅਤੇ ਉੱਥੇ ਆਪਾਂ ਨੇ ਸਾਰੇ ਨੇ ਸਰਦੀ ਦਾ ਜਿਹੜਾ ਹੈਗਾ ਜੀ ਸਵੈਟਰ ਪਾਏ ਨੇ ਲੋਈਆਂ ਲਈਆਂ ਨੇ ਡਾਇਰੈਕਟਰ ਸਾਹਿਬ ਨੇ ਕਮੀ ਨਹੀਂ ਛੱਡੀ ਹੈਗੀ ਉਹ ਤੋਂ ਬਾਅਦ ਰਹਿੰਦੀ ਖੁੰਦੀ ਕਸਰ ਅੱਗ ਜਿਹੜਾ ਧੂੰਆਂ ਉਹਨਾਂ ਨੇ ਬਣਾਇਆ ਸੀ ਉਹ ਅੱਗ ਦਾ ਗੇੜਾ ਲਾ ਕੇ ਜੀ ਉੱਥੇ ਉਹ ਧੂੰਆਂ ਕ੍ਰੀਏਟ ਕਰਨਾ ਹੁੰਦਾ ਸੀ ਉਹ ਤੌਬਾ ਤੌਬਾ ਸੀਗੀ ਬਟ ਸਾਰੇ ਅੰਦਰ ਗਰਮ ਜੋਸ਼ੀ ਆਉਂਦੀ ਸੀ ਜਦੋਂ ਅੱਗ ਦਾ ਚੱਕਰ ਲਗਾਉਂਦਾ ਸੀ ਮੁੰਡਾ ਰਾਜ ਉੱਥੇ ਸੋ ਆਲ ਇਨ ਆਲ ਲੋਕੇਸ਼ਨਸ ਕੋਟ ਸ਼ਮੀਰ ਦੇ ਵਿੱਚ ਹੀ ਜ਼ਿਆਦਾ ਸ਼ੂਟ ਹੋਇਆ ਜੀ ਆਪਣਾ ਸਾਰਾ ਜਿਹੜੇ ਰੋਮੈਂਟਿਕ ਸੌਂਗਸ ਹੈ ਉਹ ਵੀ ਭਾਅ ਜੀ ਨੇ ਉੱਥੇ ਨੈਚੁਰਲੀ ਸ਼ੂਟ ਕਰਨ ਦੀ ਕੋਸ਼ਿਸ਼ ਕਰੀ ਹੈ ਤਾਂ ਕਿ ਕੋਈ ਇੱਦਾਂ ਨਾ ਲੱਗੇ ਕਿ ਆਪਾਂ ਇੱਕਦਮ ਸਵਿਚ ਔਨ ਸਵਿਚ ਆਫ ਕਿੱਥੇ ਚਲੇ ਗਏ ਰਾਈਟ ਭਾਅ ਜੀ ਬਿਲਕੁਲ ਸੋ ਕੋਟ ਸ਼ਮੀਰ ਦੇ ਲੋਕਾਂ ਦਾ ਧੰਨਵਾਦ ਹਾਂਜੀ ਜੀ ਜ਼ਰੂਰ ਸੋ ਮੈਂ ਕੱਟਣ ਦੀ ਆਦਤ ਹੁੰਦੀ ਨਾ ਵੈਸੇ ਵਾਈਫ ਨੂੰ ਨਹੀਂ ਨਹੀਂ ਮੈਂ ਆਈ ਐਮ ਲੱਕੀ ਕਿ ਸਰ ਇਸ ਫਿਲਮ ਦੇ ਥਰੂ ਮੈਂ ਤਾਂ ਅੱਜ ਗੱਲ ਕਰ ਰਹੀ ਹਾਂ ਕਿ ਅਸੀਂ ਦੋਨੋਂ ਮਿਲੇ ਸਾਡੀ ਫੈਮਿਲੀਜ਼ ਮਿਲੀਆਂ ਸੋ ਤੁਸੀਂ ਇਹ ਲੱਕੀ ਜੋੜਾ ਇੰਨਾ ਪਿਆਰਾ ਜੋੜਾ ਡਿਸਾਈਡ ਕੀਤਾ ਇੰਨੀ ਖਤਰਨਾਕ ਲੋਕੇਸ਼ਨ ਦੇ ਵਿੱਚ ਉਹਨਾਂ ਦਾ ਇਮਤਿਹਾਨ ਲਿਆ ਮੈਨੂੰ ਸਵੈਟਰ ਪਾਇਆ ਹੁੰਦਾ ਸੀ ਮੈਨੂੰ ਅਜੇ ਵੀ ਯਾਦ ਹੈ ਮੈਨੂੰ ਸਾਰੇ ਕਹਿੰਦੇ ਸਵੈਟਰ ਉਤਾਰ ਦੇ ਮੈਂ ਕਹਿੰਦੀ ਸਰ ਮੈਨੂੰ ਠੰਡ ਲੱਗ ਰਹੀ ਹੈ ਆਮ ਫੀਲਿੰਗ ਠੰਡ ਠੰਡ ਲੱਗ ਰਹੀ ਹੈ ਕਿਉਂਕਿ ਕਹਿੰਦੇ ਨਾ ਜੋ ਫੀਲ ਕਰੀ ਉਹੀ ਹੁੰਦਾ ਸੋ ਸਰ ਤੁਸੀਂ ਵੀ ਆਪਣਾ ਐਕਸਪੀਰੀਅੰਸ ਜ਼ਰੂਰ ਦੱਸੋ ਲੋਕੇਸ਼ਨਸ ਦਾ ਲੋਕੇਸ਼ਨ
ਮਤਲਬ ਅੱਜ ਦੀ ਅੱਜ ਤੱਕ ਆਉਂਦੀ ਹੈ ਤਾਂ ਸਾਨੂੰ ਉਹੀ ਔਥੈਂਟਿਕ ਇੱਕ ਲੋਕੇਸ਼ਨ ਚਾਹੀਦੀ ਸੀਗੀ ਉਹਨਾਂ ਦਿਨਾਂ ਦੇ ਪਿੰਡਾਂ ਵਾਂਗੂ ਇੱਕ ਪਿੰਡ ਲੱਗੇ ਸੋ ਸਾਡੇ ਵਾਸਤੇ ਇੱਕ ਚੰਗਾ ਫੈਕਟਰ ਇਹ ਹੋਇਆ ਲੱਕੀਲੀ ਉੱਥੇ ਇਲੈਕਸ਼ਨ ਸੀਗੇ ਅਤੇ ਉਹਨਾਂ ਨੇ ਜਿਹੜਾ ਪੂਰਾ ਪਿੰਡ ਸੀ ਉਹਦੀ ਗਲੀਆਂ ਉਧੇੜ ਰੱਖੀਆਂ ਸੀ ਵੀ ਇੱਥੇ ਟਾਈਲਾਂ ਲਵਾਉਣੀਆਂ ਤਾਂ ਉਹ ਸਾਰਾ ਪਿੰਡ ਕੱਚੀ ਗਲੀਆਂ ਵਾਲਾ ਪਿੰਡ ਹੋ ਗਿਆ ਸੋ ਔਰ ਲੋਕ ਬਹੁਤ ਬਹੁਤ ਪਿਆਰੇ ਲੋਕ ਸੀਗੇ ਉਹਨਾਂ ਨੇ ਬਹੁਤ ਸਪੋਰਟ ਕੀਤਾ ਖਾਸ ਤੌਰ 'ਤੇ ਮੈਂ ਇੱਕ ਨਾਂ ਲੈਂਦਾ ਹੁੰਦਾ ਅਕਸਰ ਵੀ ਪੰਨੀ ਭਾਜੀ ਹੈਗੀ ਉੱਥੇ ਉਹਨਾਂ ਨੇ ਬਹੁਤ ਸਪੋਰਟ ਕੀਤਾ ਬਹੁਤ ਕੋਆਪਰੇਟਿਵ ਬੰਦੇ ਸੀਗੇ ਪੂਰਾ ਹੀ ਪਿੰਡ ਮੈਂ ਤਾਂ ਜਿੰਨਾ ਵੀ ਵੇਖਿਆ ਜੀ ਜੀ ਪੂਰਾ ਪਿੰਡ ਕਿਸੇ ਨੇ ਕਦੀ ਕੋਈ ਤੰਗ ਨਹੀਂ ਕੀਤਾ ਕੁਛ ਨਹੀਂ ਔਰ ਕਦੀ ਬੋਲਿਆ ਵੀ ਜੇ ਹਟਾ ਲਓ ਉਸ ਮਾਮਲੇ 'ਚ ਬਹੁਤ ਬਹੁਤ ਹੀ ਚੰਗਾ ਐਕਸਪੀਰੀਅੰਸ ਜੇ ਅਸੀਂ ਇੱਦਾਂ ਬੈਠੇ ਹੁੰਦੇ ਸੀ ਸਰ ਉਹਨਾਂ ਦੇ ਕਮਰੇ 'ਚ ਅਸੀਂ ਕਹਿਣਾ 2 ਮਿੰਟ ਇਕੱਲੇ ਬਹਿਣਾ ਮੇਕਅਪ ਹੋਣਾ ਉਹ ਵਿਚਾਰੇ ਆਪਣਾ ਕਮਰਾ ਛੱਡ ਕੇ ਬਾਹਰ ਚਲੇ ਜਾਂਦੇ ਬਹੁਤ ਬਹੁਤ ਹੀ ਮਜ਼ੇਦਾਰ ਸ਼ੂਟ ਰਿਹਾ ਉੱਥੇ ਕਿਉਂਕਿ ਜਦ ਲੋਕਾਂ ਦਾ ਸਾਥ ਤੁਹਾਡੇ ਨਾਲ ਹੁੰਦਾ ਤਾਂ ਡੈਫੀਨੇਟਲੀ ਉਹ ਚੀਜ਼ ਬਹੁਤ ਵਧੀਆ ਜਾਂਦੀ ਹੈ ਪਲੱਸ ਇੱਕ ਹੋਰ ਚੀਜ਼ ਜਿਹੜੀ ਮੈਨੂੰ ਸਭ ਤੋਂ ਵਧੀਆ ਲੱਗੀ ਉਸ ਪਿੰਡ ਦੀ ਕਿ ਉੱਥੇ ਘੱਟੋ ਘੱਟ ਨਹੀਂ ਤਾਂ 60-70% ਲੋਕਾਂ ਨੇ ਇਹ ਨੋਵਲ ਪੜ੍ਹਿਆ ਹੋਇਆ ਸੀ ਅਤੇ ਉਹਨਾਂ ਨੂੰ ਕਹਾਣੀ ਪਤਾ ਸੀ ਅਤੇ ਹਾਂ ਉਹ ਕਿਉਂਕਿ ਮੈਂ ਤੁਹਾਡੇ ਤੋਂ ਪਹਿਲਾਂ ਉੱਥੇ ਜਾਂਦਾ ਰਿਹਾ ਲੋਕਾਂ ਨੂੰ ਕਾਫੀ ਮਿਲੇ ਹੈ ਅਤੇ ਉਹ ਸਭ ਤੋਂ ਚੰਗੀ ਗੱਲ ਇਹੀ ਸੀਗੀ ਕਿ ਉਹਨਾਂ ਨੂੰ ਪਤਾ ਸੀ ਵੀ ਕਹਾਣੀ ਕੀ ਹੈ ਔਰ ਕਹਾਣੀ ਸਿਰਫ ਇਹ ਨਹੀਂ ਹੈਗੀ ਕਿ ਇੱਕ 80 ਤੋਂ ਇੱਕ ਕੁੜੀ 65 ਸਾਲ ਤੱਕ ਦੀ ਉਮਰ ਤੱਕ ਆ ਗਈ ਹੈ ਜੀ ਉਹਨਾਂ ਦੇ ਸਮਾਜਿਕ ਜਿਹੜੇ ਤਾਣੇ ਬਾਣੇ ਹੈਗੇ ਆ ਉਹਨਾਂ ਦੇ ਰਿਲੇਸ਼ਨ ਹੈਗੇ ਆ ਕੁਛ ਲੋਕਾਂ ਨਾਲ ਕੁਛ ਆੜਤੀਆਂ ਨਾਲ ਕੁਛ ਇੱਕ ਦੁਕਾਨ ਦੇ ਨਾਲ ਉਹਦਾ ਦੁਕਾਨਦਾਰ ਦੇ ਨਾਲ ਉਹਦਾ ਕੀ ਵਿਹਾਰ ਹੁੰਦਾ ਹੈ ਬੇਸਿਕਲੀ ਉਹ ਕਿੰਨੇ ਨਿੱਕੇ ਨਿੱਕੇ ਜਿਹੇ ਉਹਨਾਂ ਦੇ ਜਿਹੜੇ ਲੋਨ ਚੱਲਦੇ ਹੁੰਦੇ ਉਧਾਰੀ ਚੱਲਦੀ ਹੁੰਦੀ ਹੈ ਉਹ ਜਿਹੜੀ ਚੀਜ਼ਾਂ ਹੈਗੀਆਂ ਉਹ ਬਹੁਤ ਮੈਨੂੰ ਐਂ ਲੱਗਿਆ ਫਿਲਮ ਦੇਖਣ ਤੋਂ ਬਾਅਦ ਅੱਜ ਜਦੋਂ ਆਪਾਂ ਫਿਲਮ ਦੇਖਦੇ ਹਾਂ ਪੂਰੀ ਬਣ ਗਈ ਹੈ ਕਿ ਹਾਂ ਉਹ ਜਿਹੜੇ ਤਾਣੇ ਬਣੇ ਆਪਾਂ ਸੋਚੇ ਸੀਗੇ ਉਹ ਚੰਗੇ ਬੁਣੇ ਗਏ ਹੈ ਜੀ ਫਿਲਮ ਦੇ ਵਿੱਚ ਮੈਂ 22-25 ਸਾਲ ਤੋਂ ਲੈ ਕੇ 50 ਸਾਲ ਤੱਕ ਉਮਰ ਦਾ ਕਿਰਦਾਰ ਕੀਤਾ ਸੋ ਕਦੀ ਮੈਂ ਬੜੀ 2 ਜੁੰਡੀਆਂ ਜੇ ਕਰਕੇ 22-25 ਸਾਲ ਦੀ ਕੁੜੀ ਬਣੀ ਹੋਈ ਆ ਤੇ ਨੈਕਸਟ ਸ਼ਾਟ ਦੇ ਵਿੱਚ ਬੁੜੀ ਨੈਕਸਟ ਸ਼ਾਟ ਦੇ ਵਿੱਚ ਮੇਕਅਪ ਕਰੋ ਬੁੱਢੀ ਵਾਲਾ ਮੈਂ ਹੈ ਉਹ ਫਟਾਫਟ ਵਾਲ ਖੋਲ ਕੇ ਚਿੱਟੇ ਚਿੱਟਾ ਲਗਾ ਕੇ ਤੇ ਮੈਂ ਇੱਦਾਂ ਬੈਠਣਾ ਸਰ ਤੁਸੀਂ ਦੱਸੋ ਤੁਸੀਂ ਕਿੱਦਾਂ ਸੋਚਿਆ ਇਹ 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 ਜਦੋਂ ਸੋਚਿਆ ਗਿਆ ਸੀ ਮੈਂ ਪਹਿਲਾਂ ਇਹੀ ਸੋਚਿਆ ਸੀਗਾ ਕਿ ਤੁਹਾਡਾ ਜਿਹੜਾ ਪਹਿਲਾਂ ਯੰਗ ਵਾਲਾ ਪੋਰਸ਼ਨ ਹੈ ਉਹ ਆਪਾਂ ਨਿਬੇੜ ਲੈਂਗੇ ਪਰ ਫਿਰ ਕੁਝ ਚੀਜ਼ਾਂ ਹੁੰਦੀਆਂ ਜਿਹੜੀ ਲੋਕੇਸ਼ਨ ਦੇ ਹਿਸਾਬ ਨਾਲ ਲੋਕੇਸ਼ਨ ਸਾਨੂੰ ਕਰਨੀ ਪੈਂਦੀ ਹੈ ਅਤੇ ਇਸ 'ਚ ਸਭ ਤੋਂ ਜਿਹੜਾ ਮੈਨੂੰ ਇੱਕ ਉਹ ਲੱਗਿਆ ਕਿ ਬਹੁਤ ਈਜ਼ੀਲੀ ਤੁਸੀਂ ਤਾਂ ਖੈਰ ਚਲੋ ਤੁਹਾਡਾ ਕਾਫੀ ਉਹ ਸੀਗਾ ਟਾਈਮ ਸੀਗਾ ਸਭ ਤੋਂ ਈਜ਼ੀਲੀ ਜਿਹਨੇ ਕੀਤਾ ਉਹ ਪਵਨ ਸਰ ਹੈਗੇ ਹੈ ਮਤਲਬ ਉਹ ਕਦੇ ਵੀ ਪਤਾ ਹੀ ਨਹੀਂ ਲੱਗਦਾ ਕਿ ਹਾਂ ਇਹ ਬੰਦਾ ਹੁਣ ਇਸ ਏਜ ਦੇ ਵਿੱਚ ਸੀਗਾ ਨੈਕਸਟ ਸ਼ਾਟ ਦੇ ਵਿੱਚ ਔਰ ਕੰਟੀਨਿਊਟੀ ਜਿਹੜੀ ਸਭ ਤੋਂ ਕਈ ਵਾਰ ਮੇਰੇ ਅਸਿਸਟੈਂਟ ਦੇ ਜੇ ਮਾਈਂਡ ਤੋਂ ਸਕਿੱਪ ਹੋ ਗਏ ਪਵਨ ਸਰ ਨੂੰ ਯਾਦ ਆਉਂਦੇ ਸੀ ਕਰਨੀ ਆ ਕਲਮਾ ਕਿੱਧਰ ਹੋ ਸਾਈਡ ਲੋਕ ਵਾਈਟ ਤੋ ਉਹ ਬਹੁਤ ਇੱਕ ਜਿਹੜੀ ਕਹਿੰਦੇ ਨਾ ਵੀ ਇੱਕ ਮੰਜੇ ਹੋਏ ਖਿਡਾਰੀ ਜਿਹਨੂੰ ਕਹਿ ਸਕਦੇ ਆਪਾਂ ਵੀ ਮੰਜੇ ਹੋਏ ਐਕਟਰ ਹੈਗੇ ਕਿ ਬਰੀਕੀ ਪਤਾ ਹੈ ਔਰ ਸਭ ਤੋਂ ਫਨੀ ਮੂਮੈਂਟਸ ਕੀ ਹੁੰਦੀ ਸੀ ਕਿ ਸਰ ਨੂੰ ਨਾ ਇਹ ਹੁੰਦਾ ਸੀ ਕਿ ਪਿੱਛੇ ਲੋਕੇਸ਼ਨ ਬਹੁਤ ਸੋਹਣੀ ਹੈ ਠੀਕ ਹੈ ਇੱਕ ਉਹਦਾ ਇੰਸੀਡੈਂਸ ਹੈਗਾ ਕਿ ਆਪਾਂ ਇੱਕ ਨਾ ਅਨਾਜ ਖਿਲ ਰਿਹਾ ਹੋਇਆ ਸੀ ਬਹੁਤ ਹੀ ਵਧੀਆ ਲੋਕੇਸ਼ਨ ਸੀ ਉਹ ਅਸੀਂ ਸ਼ੂਟ ਕਰਨਾ ਸੀਗਾ ਇੱਕ ਹੀ ਸ਼ਾਟ ਵਿੱਚ ਸਾਰਾ ਸ਼ੂਟ ਕਰਨਾ ਸੀ 103 ਬੁਖਾਰ ਸੀ ਹਾਂ ਸਰ ਨੂੰ 103 ਬੁਖਾਰ ਆ ਰਿਹਾ ਉਹ ਜੇ ਮੰਡੀ ਵਾਲਾ ਸੀ ਨਾ ਮੰਡੀ ਵਾਲਾ ਪਿੱਛੇ ਪੂਰੀ ਕਣਕ ਹੈ ਔਰ ਸੂਰਜ ਛਿਪ ਰਿਹਾ ਹਲਕੀ ਹਲਕੀ ਜੀ ਧੂੜ ਉੱਡ ਰਹੀ ਹੈ ਔਰ ਬਹੁਤ ਪਿਆਰਾ ਔਰ ਪਿੱਛੋਂ ਪੈਚ ਲਾਈਟ ਅੱਛੀ ਚੰਗੀ ਮਿਲ ਰਹੀ ਹੈ ਸਨ ਦੀ ਸਰ ਨੂੰ ਸੀਗਾ ਹੁਣ ਉਹੀ ਲਾਲਚ ਆ ਜਾਂਦਾ ਕਿ ਯਾਰ ਇੱਕ ਤਾਂ ਫਿਲਮ ਵਧੀਆ ਬਣ ਰਹੀ ਹੈ ਕੁਛ ਸਰ ਨੇ ਯਾਰ ਇਹ ਲੈ ਲਓ ਇਹ ਦੁਬਾਰਾ ਨਹੀਂ ਮਿਲੇਗਾ ਰਾਈਟ ਰਾਈਟ ਸਹੀ ਦੁਬਾਰਾ ਨਹੀਂ ਮਿਲੇਗਾ ਸਰ ਲੈ ਲਓ ਕੱਲ ਇਹ ਨਹੀਂ ਮਿਲਿਆ ਸਨਸੈਟ ਹੋ ਰਿਹਾ ਨਹੀਂ ਮਿਲਿਆ ਔਰ ਕਨਕ ਤੇ ਨਾ ਉਹ ਪੈ ਰਹੀ ਹੈ ਉਹਦੀ ਲਾਈਟ ਨਾਲ ਉਹ ਕੀ ਸਰਦਾਰ ਜੀ ਆਪਣਾ ਉੱਥੇ ਝਾੜੂ ਮਾਰ ਰਹੇ ਸੀ ਉਹ ਤੂਲ ਉੜ ਕੇ ਆ ਰਹੀ ਕੋਈ ਮਨਾ ਕਰ ਰਿਹਾ ਨੇ ਆਣ ਦਿਓ ਉਹ ਪੂਰੀ ਤੂਲ ਸਨਸੈਟ ਦੇ ਅਗੇਂਸਟ ਔਰ ਇਹਨਾਂ ਇਟ ਵਾਸ ਸੋ ਬਿਊਟੀਫੁਲ ਅੱਛਾ ਜਦੋਂ ਆਪਾਂ ਗਾਣੇ ਵੀ ਸ਼ੂਟ ਕਰਦੇ ਉਦੋਂ ਵੀ ਬੜੀਆਂ ਨੈਚੁਰਲੀ ਮੈਂ ਉਹ ਜਿਹੜਾ ਕਮੜੀ ਵਾਲਾ ਗਾਣਾ ਉਹ ਆਪਾਂ ਚੁੰਨੀ ਵਾਲਾ ਜਿਹੜਾ ਸੀਨ ਸੀਗਾ ਕਿ ਨਹੀਂ ਆਉਣਾ ਸੀਗਾ ਉਹ ਸਾਡੇ ਪ੍ਰੋਡਿਊਸਰ ਸਾਹਿਬ ਇਹ ਉਦੋਂ ਵੀ ਮੌਸਮ ਬੜਾ ਵਧੀਆ ਹੋ ਗਿਆ ਸੀਗਾ ਹਵਾ ਚੱਲ ਰਹੀ ਹੈ ਜਦੋਂ ਉਹ ਨੈਚੁਰਲੀ ਮਤਲਬ ਜਿਹੜੀਆਂ ਚੀਜ਼ਾਂ ਆਈਆਂ ਨੇ ਮੇਰੇ ਖਿਆਲ 'ਚ ਉਹ ਐਡ ਆਨ ਹੋਈਆਂ ਨੇ ਆਪਣੇ ਦੇ ਵਿੱਚ ਨਾ ਉਹ ਬਲਕਿ ਕਹਿ ਰਹੇ ਤੁਸੀਂ ਮੈਂ ਇਹ ਕਹਿ ਰਿਹਾ ਸੀ ਕਿ ਉਹ ਜਿਹੜੇ ਇਨਪੁਟਸ ਹੁੰਦੇ ਨਾ ਇੱਕ ਕਿਉਂਕਿ ਐਕਸਪੀਰੀਅੰਸ ਸਰ ਦਾ ਮਤਲਬ ਅਸੀਂ ਜੋ ਉਸ ਟਾਈਮ ਪੈਦਾ ਹੋਏ ਸੀ ਜਦੋਂ ਤੋਂ ਇਹ ਐਕਟਿੰਗ ਕਰਦੇ ਆ ਰਹੇ ਹਾਂ ਅਤੇ ਅਸੀਂ ਇਹਨਾਂ ਨੂੰ ਦੇਖ ਦੇਖ ਕੇ ਵੱਡੇ ਹੋਏ ਹਾਂ ਉਹ ਜਿਹੜਾ ਇਹਨਾਂ ਕੋਲ ਇੰਨਾ ਐਕਸਪੀਰੀਅੰਸ ਵਾਸਟ ਐਕਸਪੀਰੀਅੰਸ ਪਿਆ ਕਿ ਹਾਂ ਯਾਰ ਇੱਥੋਂ ਇਹ ਚੀਜ਼ ਬਿਹਤਰ ਹੋ ਸਕਦੀ ਹੈ ਸੈਗਮੈਂਟ ਲੰਮਾ ਹੋ ਜਾਵੇ ਮੈਨੂੰ ਕਹਿਣਾ ਐਂਕਰ ਨੂੰ ਬ੍ਰੇਕ ਬਰੂਕ ਲੈਣੀ ਹੁੰਦੀ ਬਹੁਤ ਵਧੀਆ ਕਰ ਰਹੇ ਹੋ ਪਰ
ਪਤਾ ਕੀ ਆ ਹਾਂ ਬ੍ਰੇਕ ਤੇ ਸਰ ਮੈਂ ਬੈਠ ਜਾ ਨਾਲ ਹੀ ਅੱਛਾ ਕਮਲੀ 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 ਇੱਧਰ ਅਸੀਂ ਵੀ ਹੁਣ ਕੰਫਰਟੇਬਲ ਹੋ ਗਿਆ ਕਿ ਨਹੀਂ ਸੋ ਦੋਸਤੋ ਹੁਣ ਨਿੱਕੀ ਜੀ ਆਪਾਂ ਬ੍ਰੇਕ ਲੈਣੀ ਆ ਅਸੀਂ ਦੋਨੇ ਰਲ ਕੇ ਬ੍ਰੇਕ ਲੈਣ ਬ੍ਰੇਕ ਤੋਂ ਉਸ ਪਾਰ ਥੋੜ੍ਹੀ ਜਿਹੀ ਹੋਰ ਆਪਾਂ ਗੱਲਾਂ ਕਰਾਂਗੇ ਫਿਲਮ ਗੇਲੋ ਦੇ ਬਾਰੇ ਮਿਲਦੇ ਹਾਂ ਜੀ ਫਿਰ ਬ੍ਰੇਕ ਤੋਂ ਬਾਅਦ ਹਾਂਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਤੇ ਅੱਜ ਤੁਸੀਂ ਪੀ ਟੀ ਸੀ ਸ਼ੋਅ ਕੇਸ ਦਾ ਲੁਤਫ ਉਠਾ ਰਹੇ ਹੋ ਜੀ ਸਾਡੇ ਪਿੰਡ ਦੀ ਮੋਟਰ 'ਤੇ ਅਤੇ ਗੇਲੋ ਫਿਲਮ ਦੀ ਅਸੀਂ ਗੱਲਾਂ ਕਰ ਰਹੇ ਹਾਂ ਇੱਧਰ ਫਿਲਮ ਦੀ ਸਟਾਰ ਕਾਸਟ ਬੈਠੀ ਹੈ ਜੀ ਡਾਇਰੈਕਟਰ ਸਰ ਬੈਠੇ ਨੇ ਸੋ ਜਸਪਿੰਦਰ ਹੁਣੇ ਹੁਣੇ ਇੱਧਰ ਐਂਕਰਿੰਗ ਕਰਕੇ ਗਏ ਨੇ ਬਟ ਬੈਕ ਟੂ ਮੈਂ ਹੁਣ ਆਪਣੀ ਪੋਜੀਸ਼ਨ ਰਾਈਟ ਜੀ ਸੋ ਲਾਸਟ ਸੈਗਮੈਂਟ ਹੈ ਜੀ ਹੁਣ ਖਾਸ ਤੌਰ 'ਤੇ ਫਿਲਮ ਦਾ ਅਤੇ ਜਸਪਿੰਦਰ ਮੈਂ ਤੁਹਾਡੇ ਤੋਂ ਪੁੱਛਦਾ ਕਿ ਫਿਲਮ ਦੇ ਵਿੱਚ ਹੈਪੀ ਮੂਮੈਂਟਸ ਬਹੁਤ ਸੀਗੀਆਂ ਬਹੁਤ ਸਾਰੇ ਆਪਾਂ ਇੰਜੋਏ ਕੀਤੀਆਂ ਮੂਮੈਂਟਸ ਯਾਦਗਾਰ ਪਲ ਵੀ ਸੀਗੇ ਕਿ ਨਹੀਂ ਅਨਫੋਰਗੈਟੇਬਲ ਸੀ ਬਟ ਪਰਸਨਲੀ ਤੁਹਾਡੇ ਲਈ ਕਿਉਂਕਿ ਤੁਸੀਂ ਲੀਡ ਕਰ ਰਹੇ ਸੀ ਸਾਰਾ ਕੁਝ ਤਾਂ ਐਕਸ਼ਨ ਸੀਨ ਵੀ ਸੀਗੇ ਤੁਹਾਡੇ ਰਾਈਟ ਤਾਂ ਇੰਟੈਂਸਿਟੀ ਜਿਹੜੀ ਲੈ ਕੇ ਆਉਣੀ ਸੀ ਬਰਕਰਾਰ ਰੱਖਣਾ ਸੀਗਾ ਤੁਸੀਂ ਬੜੀ ਵਾਰ ਇਮੋਸ਼ਨਲ ਹੋ ਜਾਂਦੇ ਸੀਗੇ ਉਹਦੇ ਬਾਰੇ ਦੱਸੋ ਥੋੜ੍ਹਾ ਜਿਹਾ ਡੈਫੀਨੇਟਲੀ ਮੈਂ ਦੱਸਣਾ ਚਾਹਾਂਗੀ ਬਿਕੋਜ਼ ਮੇਰਾ ਜਦੋਂ ਕਰੀਅਰ ਦੀ ਸ਼ੁਰੂਆਤ ਹੋਈ ਸੀਗੀ ਪੀ ਟੀ ਸੀ ਤੋਂ ਹੋਈ ਸੀਗੀ ਜਿਸ ਪੀ ਟੀ ਸੀ ਪੰਜਾਬਣ ਬਣੀ ਸੀ 2008 ਦੇ ਵਿੱਚ ਸੋ ਮੈਨੂੰ ਨਹੀਂ ਪਤਾ ਸੀ ਮੈਂ ਐਕਟਿੰਗ ਫੀਲਡ ਦੇ ਵਿੱਚ ਜਾਵਾਂਗੀ ਮੈਨੂੰ ਨਹੀਂ ਪਤਾ ਸੀ ਮੈਂ ਇੱਥੋਂ ਤੱਕ ਆਵਾਂਗੀ ਇੰਨਾ ਇੰਟੈਂਸ ਮੈਨੂੰ ਕੰਮ ਕਰਨਾ ਪਏਗਾ ਮੈਂ ਬੜਾ ਸੋਹਣਾ ਮਿਸ ਪੰਜਾਬਣ ਬਣ ਕੇ ਬਹੁਤ ਜੱਚ ਕੇ ਘਰ ਬੈਠ ਗਈ ਬਟ ਪਰਮਾਤਮਾ ਨੇ ਸ਼ਾਇਦ ਇਸ ਲਾਈਨ ਦੇ ਵਿੱਚ ਲੈ ਕੇ ਆਉਣਾ ਸੀ ਉਸ ਤੋਂ ਬਾਅਦ ਫਿਰ ਜਦੋਂ ਫਿਲਮਸ ਕੀਤੀਆਂ ਹੁਣ ਜਦੋਂ ਫਿਰ ਗੇਲੋ ਝੋਲੀ ਵਿੱਚ ਪਈ ਤਾਂ ਜਦੋਂ ਸਰ ਨੇ ਦੱਸਿਆ ਤਾਂ ਕਰੈਕਟਰ ਇੱਦਾਂ 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 ਸੋ ਐਜ਼ ਅ ਥੀਏਟਰ ਆਰਟਿਸਟ ਕੁਝ ਚੀਜ਼ਾਂ ਜੋ ਸਿੱਖੀਆਂ ਨੇ ਕਿ ਕਿੱਦਾਂ ਕਰੈਕਟਰ ਨੂੰ ਤੁਸੀਂ ਆਪਣੇ ਵਿੱਚ ਲੈ ਕੇ ਆਉਣਾ ਸੋ ਕਈ ਵਾਰੀ ਇੱਕ ਸੀਨ ਦੇ ਵਿੱਚ ਮੈਨੂੰ ਯਾਦ ਅਜੇ ਵੀ ਹੈ ਕਿ ਬਹੁਤ ਇੰਟੈਂਸ ਸੀਨ ਸੀਗਾ ਤੁਹਾਨੂੰ ਵੀ ਯਾਦ ਹੋਏਗਾ ਤੁਸੀਂ ਉੱਥੋਂ ਗਾਇਬ ਹੋ ਗਏ ਸੀ ਸੋ ਲਾਈਕ ਮੈਂ ਇੰਨਾ ਇੰਟੈਂਸ ਹੋ ਗਈ ਸੀ ਕਿ ਇਹ ਗਾਇਬ ਹੋ ਗਏ ਅਤੇ ਮੈਨੂੰ ਸੱਚੀ ਲੱਗਾ ਦੈਟ ਹੀ ਇਜ਼ ਨੋਟ ਦੇਅਰ ਮੈਂ ਸੋਚੀ ਰਾਮਾ ਕਿੱਥੇ ਰਾਮਾ ਕਿੱਥੇ ਐਂਡ ਮੈਂ ਵੈਨਿਟੀ ਵੈਨ 'ਚ ਜਾ ਕੇ ਚੈੱਕ ਕੀਤਾ ਐਂਡ ਜਸ ਸੌ ਹਿਮ ਤਾਂ ਮੈਨੂੰ ਯਕੀਨ ਆਇਆ ਸੋ ਇੰਟੈਂਸਿਟੀ ਤੱਕ ਲੈ ਕੇ ਗਏ ਨੇ ਮਨਭਾਵਨ ਸਰ ਸੋ ਇਹਨਾਂ ਨੇ ਕਰੈਕਟਰ ਦੀ ਡੂੰਘਾਈ ਦੱਸੀ ਕਿਤੇ ਕਿਤੇ ਮੈਨੂੰ ਪਵਨ ਸਰ ਨੇ ਬਹੁਤ ਹੈਲਪ ਕੀਤੀ ਇਹਨੂੰ ਐਦਾਂ ਕਰਦੇ ਕੁੜੀਏ ਐਦਾਂ ਕਰਦੇ ਇੱਕ ਬੈਸਟ ਬੈਸਟ ਪਾਰਟ ਸੀਗਾ ਇੱਕ ਸਾਡੀ ਫਿਲਮ 'ਚ ਇੱਕ ਸੀਨ ਹੈਗਾ ਜਿਹਦੇ ਵਿੱਚ ਮਤਲਬ ਗੇਲੋ ਨੇ ਸਰ ਜਿਹੜਾ ਬਲਵੰਤ ਦਾ ਕਰੈਕਟਰ ਕਰ ਰਹੇ ਆੜਤੀ ਦਾ ਉਹਦੇ ਹੁਣ ਉਹ ਆੜਤੀ ਇੰਨਾ ਵੱਡਾ ਹੈ ਵੀ ਜਿਹੜਾ ਲੋਕਾਂ ਦੀ ਜ਼ਮੀਨ ਹੜੱਪ ਰਿਹਾ ਪੂਰਾ ਲੈਂਡਲੋਰਡ ਹੈ ਜਿਹਦੇ ਪੋਲੀਟੀਕਲ ਕਨੈਕਸ਼ਨਸ ਵੀ ਹੈਗੇ ਆ ਉਸ ਤਰ੍ਹਾਂ ਦਾ ਇੱਕ ਬੰਦਾ ਇੰਨੀ ਰਸੂ ਮਤਲਬ ਸਾਖ ਵਾਲਾ ਬੰਦਾ ਉਹਦੇ ਚਿਹਰੇ 'ਤੇ ਰਾਖ ਲਾਉਣੀ ਹੈ ਸਹੀ ਗੱਲ ਸਵਾ ਜਿਹੜੇ ਸਰ ਨੇ ਕੰਫਰਟ ਜ਼ੋਨ ਇੱਕ ਦਿੱਤਾ ਨਾ ਬਾਕੀ ਆਪਾਂ ਸਾਰਿਆਂ ਨੇ ਦੇਖਿਆ ਕਿ ਨੋ ਡਾਊਟ ਤੂੰ ਥੱਪੜ ਮਾਰ ਤੂੰ ਜੋ ਕਰਨਾ ਕਰ ਮਤਲਬ ਉਹ ਪੂਰੀ ਫਰੀਡਮ ਦੇ ਕਿੱਦਾਂ ਲਾਵਾ ਮੈਂ ਕਰੀ ਸੀ ਸਰ ਤੂੰ ਲਾ ਨਾ ਡਰਦੀ ਕਿਉਂ ਲਾ ਇੱਥੇ ਮਾਰ 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 ਉਹ ਤਾਂ ਦੇਖੋ ਜੀ ਸੀਨ ਅਗਰ ਤੁਸੀਂ ਐਕਟਿੰਗ ਕਰ ਮੈਨੂੰ ਲੱਗਿਆ ਕਿ ਮੈਂ ਇਹਨੂੰ 12 ਸਾਰੇ ਘੋੜੇ ਖੋਲ ਦੇ ਜਿੰਨਾ ਗੁੱਸਾ ਸਭ ਘੱਟ ਸਰ ਅਸੀਂ ਆਫ ਕੈਮਰਾ ਵੀ ਨੋਚ ਹਾਂ ਸਭ ਚੰਗੀ ਤਰ੍ਹਾਂ ਮਾਲ ਕਿਉਂਕਿ ਉਹ ਸੀਨ ਦੀ ਰਿਕੁਆਇਰਮੈਂਟ ਟ੍ਰੇਲਰ ਵਿੱਚ ਥੋੜਾ ਜਿਹਾ ਦੇਖੋਗੇ ਮਾਰਨਾ ਐਗਜ਼ੈਕਟਲੀ ਆਪਾਂ ਬਾਅਦ ਵਿੱਚ ਵੀ ਡਿਸਕਸ ਕਰਦੇ ਰਹੇ ਸਰ ਜਦੋਂ ਨਹੀਂ ਵੀ ਹੁੰਦੇ ਸੀ ਕਿ ਇਹ ਸਰ ਦੀ ਬੜਾ ਵੱਡਾ ਦਰਿਆ ਦੇ ਲਈ ਹੈ ਕਿ ਇਦਾਂ ਦਾ ਪਰ ਉਹ ਐਕਟਰ ਦਾ ਕੰਮ ਜੇ ਉਹ ਮਤਲਬ ਇਹ ਸਭ ਇਹ ਚਲੋ ਸਰ ਨੇ ਕਿਹਾ ਇਹ ਇਹਨਾਂ ਦਾ ਬੜੱਪਨ ਹੈ ਕਿ ਹਾਂਜੀ ਇਹ ਐਕਟਰ ਦਾ ਕੰਮ ਹੈ ਬਟ ਇੱਕ ਮੈਂ ਇਸ ਤੋਂ ਵੀ ਇੱਕ ਹੋਰ ਇੱਕ ਉਹ ਦਿੰਦਾ ਐਗਜ਼ਾਮਪਲ ਦਿੰਦਾ ਜੀ ਗੇਲੋ ਜਸਪਿੰਦਰ ਜਦੋਂ ਸਾਨੂੰ ਪਹਿਲੀ ਵਾਰ ਮਿਲੇ ਤਾਂ ਉਹ ਪਹਿਲੀ ਵਾਰ ਇਹ ਕੁੜੀ ਇਹੋ ਜਿਹੀ ਹੈ ਵੀ ਪਹਿਲੀ ਵਾਰ ਤੁਹਾਨੂੰ ਮਿਲੇਗੀ ਤੁਹਾਨੂੰ ਲੱਗੇਗਾ ਵੀ ਸਾਡੀ ਫੈਮਿਲੀ ਦੀ ਕੁੜੀ ਹੈਗੀ ਹੈ ਕੋਈ ਕੰਫਰਟ ਜ਼ੋਨ ਵਾਲਾ ਉਹ ਮਸਲਾ ਹੀ ਨਹੀਂ ਸੀ ਵੀ ਹੈ ਨਾ ਤੂੰ ਤੁਹਾਨੂੰ ਆਪਾਂ ਪਹਿਲੇ ਤੋਂ ਹੀ ਜਾਣਦੇ ਸੀ ਜਦੋਂ ਸਰ ਸੈੱਟ 'ਤੇ ਆਏ ਮੈਨੂੰ ਪਹਿਲੀ ਵਾਰ ਮਿਲੇ ਤਾਂ ਮੇਰੀ ਤਾਂ ਫੈਮਿਲੀ ਬਣ ਗਈ ਜਦੋਂ ਸਰ ਸੈੱਟ 'ਤੇ ਆਏ ਪਵਨ ਸਰ ਆਏ ਤਾਂ ਮੈਂ ਇੱਕ ਮੁੰਡਾ ਪਹਿਲਾਂ ਹੀ ਤਿਆਰ ਕੀਤਾ ਹੋਇਆ ਸੀ ਮੈਂ ਕਿਹਾ ਵੀ ਯਾਰ ਇਹ ਯਾਦ ਰੱਖੀ ਸਰ ਬੰਬੇ ਤੋਂ ਆ ਰਹੇ ਹਾਂ ਕੋਈ ਵੀ ਚੀਜ਼ ਦੀ ਰਿਕੁਆਇਰਮੈਂਟ ਹੋਵੇ ਵੀ ਤੇਰੇ ਆਹ ਗੱਡੀ ਦੀ ਚਾਬੀ ਹੈ ਸਹੀ ਹੈ ਬਠਿੰਡਾ ਇੱਥੋਂ 10-15 ਕਿਲੋਮੀਟਰ ਜੋ ਵੀ ਚੀਜ਼ ਇੱਥੋਂ ਨਹੀਂ ਮਿਲ ਰਹੀ ਤੂੰ ਬਠਿੰਡੇ ਜਾ ਲੈ ਕੇ ਆ ਸਭ ਕੁਝ ਕੁਛ ਖਾਣਾ ਹੋਵੇ ਉਹਨਾਂ ਸਰ ਦੇ ਪਿੱਛੇ ਪਿੱਛੇ ਸੀ ਸਹੀ ਹੈ ਸਰ ਕੀ ਖਾਓਗੇ ਉਹ ਇੱਕ ਹੁੰਦਾ ਨਾ ਕਿ ਯਾਰ ਕੁਛ ਬਰਗਰ ਹੋ ਸਕਦਾ ਕੁਛ ਹੋ ਸਕਦਾ ਹੈ ਨਾ ਸਰ ਕੁਛ ਖਾਓਗੇ ਸਰ ਥੋੜ੍ਹੀ ਦੇਰ ਬਾਅਦ ਨਾ ਤੰਗ ਜਿਹਾ ਆ ਕੇ ਕਹਿੰਦੇ ਯਾਰ ਚੁੱਪ ਕਰ ਜਾ ਯਾਰ ਪਿੰਡ 'ਚੋਂ ਬੁਲਾਇਆ ਕਿਉਂ ਦਾਲ ਖਿਚੜੀ ਮਿਲੇਗੀ ਅੱਛਾ ਕੀ ਬਾਤ ਹੈ ਉੱਥੋਂ ਹੀ ਮਤਲਬ ਉਹ ਇੱਕ ਕੰਫਰਟ ਜ਼ੋਨ ਸਾਰੀ ਟੀਮ ਨੂੰ ਹੀ ਹੋ ਗਿਆ ਬਿਲਕੁਲ 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 ਸੋ ਉਹ ਇੱਕ ਜਿਹੜਾ ਉਹ ਬਣਿਆ ਹੁੰਦਾ ਕਿ ਹਾਂ ਯਾਰ ਇੱਕ ਬੰਦਾ ਸਟਾਰ ਆ ਰਹੇ ਹੈ ਸਰ ਨੇ ਉਹ ਬਿਲਕੁਲ ਦਿੱਤਾ ਹੀ ਨਹੀਂ ਸਰ ਨੇ ਇੰਨਾ ਕੰਫਰਟ ਜ਼ੋਨ ਦਿੱਤਾ ਕਿਉਂਕਿ ਬੁਖਾਰ ਸੀ ਬਹੁਤ ਮੈਂ ਤਾਂ ਕੰਮ ਦਾ ਪਹੁੰਚਿਆ ਮੈਂ ਤਾਂ ਇੰਨਾ ਡਰਿਆ ਸੀ ਪਹੁੰਚਦੇ ਹੀ ਕੰਮ ਰਹਿ ਗਿਆ ਕਰਕੇ ਤੁਸੀਂ ਉਹ ਬੜੇ ਉਹਦੇ ਵਿੱਚ ਵੀ ਸਾਰੇ ਨਾਲ ਕੋਆਰਡੀਨੇਟ ਕੋਆਪਰੇਟ ਕੀਤਾ ਤੁਸੀਂ ਸ਼ੂਟ ਪਰ ਤੁਹਾਨੂੰ ਤੁਹਾਨੂੰ ਫਿਲਮ 'ਚ ਬਿਲਕੁਲ ਨਹੀਂ ਦਿਖੇਗਾ ਵੀ ਸਰ ਨੂੰ ਬੁਖਾਰ ਹੈ ਜਾਂ ਕੀ ਹੈ ਕਿਉਂਕਿ ਉਹ ਜਿਹੜਾ ਇੱਕ ਕਰੈਕਟਰ ਫੜਨਾ ਹੁੰਦਾ ਉਹ ਪਤਾ ਨਹੀਂ ਸਰ ਦੇ ਵਿੱਚ ਆਟੋਮੈਟਿਕਲੀ ਹੈ ਕਿ ਹੈ ਕਿ ਬਟਨ ਆਨ ਕੀਤਾ ਤੇ ਉਹ ਜਿਹੜੇ ਆਏ ਮੁੱਛ ਨੂੰ ਤਾ ਦੇਣਾ ਕਿ ਨਹੀਂ ਵੱਖਰੇ ਢੰਗ ਨਾਲ ਅੱਗ ਚੱਕਣੀ ਕਰਨ ਵਾਲਾ ਸੀਨ ਉੱਥੇ ਜੰਗਲ ਵਿੱਚ ਮੈਂ ਡਬਿੰਗ ਦੇ ਟਾਈਮ ਪਹਿਲੀ ਚੀਜ਼ ਦੇਖਣਾ ਚਾਹੁੰਦਾ ਸੀ ਯਾਰ ਉਹ ਸੀਨ ਪਤਾ ਤਾਂ ਨਹੀਂ ਚੱਲਦਾ ਕਿ ਬੁਖਾਰ ਹੈ ਅੱਛਾ ਨਹੀਂ ਵੈਰੀ ਨਾਈਸਲੀ ਹੈਂਡਲ ਤਾਂ ਕਿ ਸਾਰੇ ਲੋਕੀ ਪਸੰਦ ਕਰ ਰਹੇ ਨੇ ਤੇ ਫਿਲਮ ਦੀ ਮੇਰੇ ਖਿਆਲ ਚ ਫੀਡਬੈਕ ਬਹੁਤ ਅੱਛਾ ਆ ਰਿਹਾ ਸਾਰੇ 5 ਅਗਸਤ ਨੂੰ ਪਤਾ ਲੱਗੇਗਾ ਜੀ ਤਾਂ ਰਿਕਵੈਸਟ ਹੈ ਦੇਖਿਓ 5
ਔਰ ਕੰਮ ਬੜਾ ਚੰਗਾ ਕੀਤਾ ਹੋਇਆ ਸਭ ਨੇ, ਸਭ ਨੇ ਬਹੁਤ ਮਿਊਜ਼ਿਕ ਬਹੁਤ ਸੋਹਣਾ ਜੇ, ਫਿਲਮ ਸ਼ੂਟ ਬਹੁਤ ਸੋਹਣੀ ਹੋਈ ਹੈ। ਮੈਂ ਤਾਂ ਖੁਸ਼ੀ ਆਇਆ ਕਿ ਇਸ ਕਹਾਣੀ ਦਾ ਮੈਂ ਹਿੱਸਾ, ਕਹਾਣੀ ਜਿਹੜੀ ਸੁਣਾਈ ਜਾ ਰਹੀ ਹੈ ਗੇਲੋ ਦੀ ਪੂਰੀ ਇੱਕ ਜਰਨੀ ਹੈਗੀ ਹੈ ਔਰ ਬਹੁਤ ਬਹੁਤ ਸੋਹਣੀ ਕਹਾਣੀ ਹੈ। ਔਰ ਬਾਰ ਬਾਰ ਮੈਂ ਕਹਿ ਰਿਹਾ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਇਸ ਕਹਾਣੀ ਦਾ ਹਿੱਸਾ। ਇਹਨਾਂ ਨੇ ਕਿੱਥੋਂ ਸੋਚ ਕੇ ਮੈਨੂੰ ਫੋਨ ਕੀਤਾ, ਫਿਰ ਉਸ ਤੋਂ ਬਾਅਦ ਮੈਂ ਫੋਨ ਕੀਤੇ ਭਈਆ ਕਦੋਂ ਹੈ ਕਿ ਇੱਕ ਫੈਮਿਲੀ ਫਿਲਮ ਹੈ, ਜਿੱਦਾਂ ਕਿ ਇੱਕ ਪਿੰਡ ਦੇ ਵਿੱਚ ਖਾਸ ਤੌਰ 'ਤੇ ਇਹ ਫੈਮਿਲੀ ਪਿੰਡ ਦੀ ਫੈਮਿਲੀ ਹੈ, ਵੀ ਪਿੰਡ ਦੇ ਵਿੱਚ ਹਰ ਇੱਕ ਕਿਰਦਾਰ ਨੂੰ ਕੀ ਅਹਿਮੀਅਤ ਹੈਗੀ ਹੈ, ਜੇ ਕੋਈ ਸੱਥ 'ਤੇ ਬੈਠਾ ਜਾਂ ਫਿਰ ਕੋਈ ਗਲਤ ਕੰਮ ਵਿੱਚ ਪਿਆ ਹੋਇਆ ਉਹਦੀ ਵੀ ਇੱਕ ਕਹਾਣੀ ਉਹਦੇ ਵਿੱਚ ਸ਼ੋਅ ਦਿੱਤੀ ਗਈ ਹੈ। ਮੇਰੇ ਖਿਆਲ ਦੇ ਵਿੱਚ ਹਾਸੇ ਜਿਹੜੇ ਹੈਗੇ ਨੇ ਫਿਲਮ ਦੇ ਵਿੱਚ ਟੱਚ ਦਿੱਤੇ ਗਏ ਨੇ, ਸੋ ਬਹੁਤ ਪਿਆਰ ਖੂਬਸੂਰਤੀ ਨਾਲ ਪਿਰੋਈ ਹੈ ਜੀ ਸਾਰੀ, ਇਸੇ ਕਰਕੇ ਅਵਾਰਡਸ ਲਈ ਵੀ ਆਪਣੀ ਜਿਹੜੀ ਅਚੀਵਮੈਂਟ ਦਾ ਰਿਸ਼ਤਾ ਕਿੰਨਾ ਸੋਹਣਾ ਹੈਗਾ। ਬਿਲਕੁਲ ਬਿਲਕੁਲ ਸਹੀ ਗੱਲ ਹੈ, ਅਖੀਰ ਤੱਕ ਨਾ ਲੇ ਔਰ ਬੜੀ ਬਹੁਤ ਖੂਬ ਸਹੇਲੀਆਂ। ਸਰ ਤੁਸੀਂ ਅਵਾਰਡਸ ਬਾਰੇ ਵੀ ਹਾਂ ਜ਼ਰੂਰ ਦੱਸਿਓ। ਇਹ ਦੋ ਫੈਸਟੀਵਲਸ ਦੇ ਵਿੱਚ ਸਿਲੈਕਟ ਹੋਈ ਹੈ, ਸਰ ਨੇ ਹੀ ਉਹ ਸਾਨੂੰ ਸਲਾਹ ਦਿੱਤੀ ਸੀਗੀ ਅਤੇ ਅਸੀਂ ਉਸ 'ਚ ਅਪਲਾਈ ਕੀਤਾ, ਉਹਨਾਂ ਨੇ ਆਫੀਸ਼ੀਅਲੀ ਸਿਲੈਕਟ ਕੀਤੀ ਫਿਲਮ। ਸੈਨ ਫਰਾਂਸਿਸਕੋ ਦੇ ਵਿੱਚ ਫੋਕ ਫਿਲਮ ਫੈਸਟੀਵਲ ਹੈ, ਇਹ 4 ਅਗਸਤ ਤੋਂ ਲੈ ਕੇ 14 ਅਗਸਤ ਤੱਕ ਹੈਗਾ, ਉਹਦੇ ਵਿੱਚ ਸਾਡੀ ਫਿਲਮ ਸਕਰੀਨ ਵੀ ਹੋ ਰਹੀ ਹੈ, ਆਫੀਸ਼ੀਅਲੀ ਸਿਲੈਕਟਡ ਹੈਗੀ ਹੈ। ਇੱਕ ਲਿਫੀ ਹੈਗਾ ਜਿਹੜਾ ਲੋਨਾਵਲਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਹੈ, ਉਹ ਸਤੰਬਰ ਦੇ ਵਿੱਚ ਉੱਥੇ ਵੀ ਸਾਡੀ ਫਿਲਮ ਸਿਲੈਕਟ ਹੋਈ ਹੈ, ਆਫੀਸ਼ੀਅਲੀ ਸਿਲੈਕਸ਼ਨ ਹੋਇਆ। ਸੋ ਮੋਹਰਾਂ ਚੰਗੀਆਂ ਲੱਗੀਆਂ ਨੇ ਪਹਿਲਾਂ ਹੀ ਅਤੇ ਉਮੀਦਾਂ ਵੀ ਹੈਗੀਆਂ ਨੇ, ਅਤੇ ਇਹਨਾਂ ਉਮੀਦਾਂ 'ਤੇ ਹੁਣ ਦੇਖਦੇ ਹਾਂ ਜੀ ਅਸੀਂ ਤੁਹਾਡੀ ਕਚਹਿਰੀ ਵਿੱਚ ਖਰੇ ਉਤਰਦੇ ਹਾਂ ਕਿ ਨਹੀਂ ਉਤਰਦੇ ਹਾਂ, ਕਿ ਸਾਨੂੰ ਆਪਣੇ ਨਾਲ ਵੀ ਨੇ, ਅਤੇ ਤੁਹਾਡੀਆਂ ਜਿਹੜੀ ਰਿਸਪੋਂਸੀਬਿਲਟੀਜ਼ ਆ ਸਿਨੇਮਾ ਨੂੰ ਲੈ ਕੇ, ਵੀ ਸਿਨੇਮਾ ਚੰਗਾ ਦੇਖਣਾ ਚਾਹੁੰਦੇ ਹਾਂ ਉਹਨੂੰ ਲੈ ਕੇ ਵੀ ਰਿਸਪੋਂਸੀਬਿਲਟੀ ਸਾਰੀ ਟੀਮ ਦੀ ਹੈਗੀ ਹੈ। ਸੋ ਟਰਾਲੀਆਂ ਭਰ ਭਰ ਕੇ ਸਾਰੇ ਜਣੇ ਜਾਇਓ ਜੀ, ਅਤੇ ਧੰਨਵਾਦੀ ਅਸੀਂ ਸਾਰਿਆਂ ਦੇ ਜਿਹੜੇ ਕਿ ਇਸ ਵਕਤ ਸਾਨੂੰ ਇੱਥੇ ਇੰਟਰਵਿਊ ਨੂੰ ਦੇਖ ਰਹੇ ਹੈਗੇ, ਖਾਸ ਤੌਰ 'ਤੇ ਮੈਂ ਆਪਣੇ ਤੌਰ 'ਤੇ ਅੱਜ ਧੰਨਵਾਦ ਕਰ ਰਿਹਾ। ਬਾਕੀ ਥੈਂਕ ਯੂ ਸੋ ਮਚ, ਹਮੇਸ਼ਾ ਹੀ ਤਰ੍ਹਾਂ ਬਹੁਤ ਵਧੀਆ ਲੱਗਿਆ ਜੀ ਸਾਰਿਆਂ ਨਾਲ ਮਿਲ ਕੇ। ਸੋ ਲੈਟਸ ਹੋਪ ਗੇਲੋ ਵਿਲ ਰੌਕ ਔਨ। ਡੈਫੀਨੇਟਲੀ ਮੈਂ ਥੋੜ੍ਹੀ ਜਿਹੀ ਇੱਕ ਚੀਜ਼ ਬਸ ਐਡ ਕਰਨਾ ਚਾਹੁੰਦਾ ਕਿ ਜਿਹੜੇ ਸਾਡੇ ਪੰਜਾਬ ਦੇ ਜਿਹੜੇ ਸਾਰਾ ਮੁੱਦੇ ਆਪਾਂ ਕਹਿੰਦੇ ਹਾਂ ਕਿ ਹਾਂਜੀ ਮਾਲਵਾ ਬੈਲਟ ਜਿਹੜੀ ਹੈਗੀ, ਕਾਟਨ ਬੈਲਟ ਹੈਗੀ ਹੈ ਜੀ, ਉਹਦੇ ਵਿੱਚ ਜਿਹੜੀ ਕਿਸਾਨਾਂ ਦੀ ਸਾਰੀ ਚੀਜ਼ਾਂ ਹੈਗੀਆਂ, ਕੀ ਪ੍ਰੋਬਲਮਸ ਹੈ, ਕੀ ਨਹੀਂ ਹੈ, ਕੁਛ ਕੈਂਸਰ ਟ੍ਰੇਨ ਦਾ ਵੀ ਉੱਥੇ ਜਿਹੜਾ ਜ਼ਿਕਰ ਹੈ ਉਹ ਵੀ ਫਿਲਮ ਦੇ ਵਿੱਚ ਹੈ। ਪਰ ਉਹਦੇ ਨਾਲ ਨਾਲ ਇਹ ਫਿਲਮ ਦੇਖਣ ਦਾ ਇੱਕ ਹੋਰ ਕਾਰਨ ਇਹ ਹੈ ਕਿ ਜਿਵੇਂ ਪੰਜਾਬ ਦੀ ਆਪਾਂ ਜੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜਿਹੜਾ ਪ੍ਰੋਮੀਨੈਂਟ ਫੇਸ ਯਾਦ ਆਉਂਦਾ ਉਹ ਧਰਮਿੰਦਰ ਸਾਹਿਬ ਹੈ, ਧਰਮ ਭਾਜੀ ਦਾ। ਉਹਨਾਂ ਦਾ ਇੱਕ ਡਾਇਲੋਗ ਸੀ ਵੀ ਇਸ ਕਹਾਣੀ ਮੈਂ ਟ੍ਰੈਜਡੀ ਹੈ, ਇਮੋਸ਼ਨ ਹੈ, ਡਰਾਮਾ ਹੈ, ਕਾਮੇਡੀ ਹੈ, ਜ਼ਰੂਰ ਦੇਖਿਓ ਗੇਲੋ 5 ਅਗਸਤ ਗੇਲੋ 5 ਅਗਸਤ। ਥੈਂਕ ਯੂ ਸੋ ਮਚ, ਅਤੇ ਦੇਖਦੇ ਰਹੋ ਜੀ ਪੀ ਟੀ ਸੀ ਪੰਜਾਬੀ। ਸਤਿ ਸ਼੍ਰੀ ਅਕਾਲ।